हेलो स्टूडेंट, वेलकम टू सावल क्लासेस। मेरा नाम है साहिल सर ते अज मैं थोड़े सामने रीजनिंग का लेक्चर नंबर 5 लेके आया हां। लेक्चर नंबर 4th दे विच असी नंबर सीरीज दी जेड़ी सीट है वो डिस्कस कीती सी ते अज दे लेक्चर दे विच असी सीरीज दा टॉपिक ही अगे कंटिन्यू करांगे जिस दे विच असी अल्फाबेट ते अल्फा न्यूमेरिक टाइप करांगे। लेक्चर स्टार्ट करने तो पहला मैं थोनू दसना चाहुंदा हां जेकर तुसी पटवारी दे रिगार्डिंग ऑनलाइन जां ऑफलाइन कोचिंग जेड़ी है ज्वाइन करनी होण तां सावल क्लासेस दीआं ऑनलाइन ते ऑफलाइन क्लासां स्टार्ट हो चुकियां हन। ਉਹਨਾਂ ਬੇਸ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਆਪਣੀ ਬੇਸ ਦੀ ਜਾਣਕਾਰੀ ਲੈ ਸਕਦੇ ਹੋ। 9988323392 ਇਹ ਸਾਹਿਲ ਸਰ ਦਾ ਨੰਬਰ ਹੈ। ਸਾਹਿਲ ਸਰ ਨੂੰ ਤੁਸੀਂ ਕਾਲ ਕਰਕੇ ਆਫਲਾਈਨ ਤੇ ਆਨਲਾਈਨ ਬੇਸ ਦੇ ਰਿਗਾਰਡਿੰਗ ਜਿਹੜੀ ਵੀ ਜਾਣਕਾਰੀ ਹੈ ਉਹ ਲੈ ਸਕਦੇ ਹੋ। ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਇਹ ਲੈਕਚਰ ਅਲਫਾਬੈਟ ਤੇ ਅਲਫਾ ਨੂਮੈਰਿਕ ਸੀਰੀਜ਼। ਅਲਫਾਬੈਟ ਤੇ ਅਲਫਾ ਨੂਮੈਰਿਕ ਦੇ ਕੁਐਸਚਨ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਤੁਹਾਨੂੰ ਅਲਫਾਬੈਟ ਦੇ ਜਿਹੜੇ ਰੈਂਕ ਹੈ ਉਹ ਪਤਾ ਹੋਣੇ ਚਾਹੀਦੇ ਹਨ ਕਿ ਕਿਹੜਾ ਅਲਫਾਬੈਟ ਆਪਣੇ ਕੋਲ ਕਿਹੜੇ ਰੈਂਕ ਤੇ ਹੁੰਦਾ ਹੈ। ਠੀਕ ਹੈ, ਜੇਕਰ ਇਹ ਤੁਹਾਨੂੰ ਯਾਦ ਹਨ ਤਾਂ ਬੜੇ ਹੀ ਆਸਾਨੀ ਨਾਲ ਕੁਐਸਚਨ ਹੋ ਜਾਂਦੇ ਹਨ, ਜੇਕਰ ਯਾਦ ਨਹੀਂ ਹੈ ਤੇ ਤੁਹਾਨੂੰ ਸਭ ਤੋਂ ਪਹਿਲਾਂ ਅਲਫਾਬੈਟ ਲਿਖਣੇ ਪੈਣਗੇ, ਉਹਨਾਂ ਦੇ ਰੈਂਕ ਲਿਖਣੇ ਪੈਣਗੇ ਤੇ ਕੁਐਸਚਨ ਕਰਨ ਤੋਂ ਪਹਿਲਾਂ ਤੁਹਾਨੂੰ ਵੇਖਣਾ ਪਊਗਾ ਕਿ ਕਿਹੜਾ ਅਲਫਾਬੈਟ ਕਿਹੜੇ ਰੈਂਕ ਤੇ ਹੈ। ਠੀਕ ਹੈ, ਅਲਫਾਬੈਟ ਦੇ ਰੈਂਕ ਜਿਹੜੇ ਹੈ ਉਹ ਯਾਦ ਕਰਨ ਲਈ ਅਸੀਂ ਐਜੂਟੀ ਟੈਕਨੀਕ ਦਾ ਯੂਜ਼ ਕਰਦੇ ਹਾਂ ਜਿਸ ਦੇ ਵਿੱਚ ਈ ਆਪਣੇ ਕੋਲ 5 ਤੇ, ਜੇ 10 ਤੇ, ਓ 15 ਤੇ, ਟੀ ਆਪਣੇ ਕੋਲ 20 ਤੇ ਵਾਈ ਰਹਿੰਦਾ ਹੈ 25 ਤੇ। ਠੀਕ ਹੈ, ਯਾਨੀ ਕਿ 5 ਦਾ ਟੇਬਲ ਚੱਲ ਰਿਹਾ ਹੁੰਦਾ ਹੈ ਐਜੂਟੀ ਦੇ ਜਿਹੜੇ ਵਰਡ ਹੁੰਦੇ ਹਨ ਈ 5 10 15 20 ਤੇ 25। ਠੀਕ ਹੈ, ਬਾਕੀ ਤੁਸੀਂ ਇਹਨਾਂ ਨੂੰ 1 ਤੋਂ 2 ਵਾਰ 3 ਵਾਰ 4 ਵਾਰ ਜਦੋਂ ਪੜੋਗੇ ਤਾਂ ਤੁਹਾਨੂੰ ਬੜੇ ਹੀ ਆਸਾਨ ਤਰੀਕੇ ਨਾਲ ਇਹ ਯਾਦ ਹੋ ਜਾਣਗੇ। ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੂੰ ਯਾਦ ਕਰਨ ਦੀ, ਕਿਉਂਕਿ ਹਰ ਪੇਪਰ ਦੇ ਵਿੱਚ 2 ਤੋਂ 3 ਕੁਐਸਚਨ ਆਪਣੇ ਕੋਲ ਅਲਫਾਬੈਟ ਦੇ ਰਿਗਾਰਡਿੰਗ ਹੀ ਰਹਿੰਦੇ ਹਨ। ਜੇਕਰ ਤੁਹਾਨੂੰ ਅਲਫਾਬੈਟ ਦੇ ਰੈਂਕ ਪਤਾ ਹੈ ਤਾਂ ਤੁਸੀਂ ਉਹ ਬੜੇ ਹੀ ਆਸਾਨੀ ਨਾਲ ਕਰ ਸਕਦੇ ਹੋ, ਬਹੁਤ ਹੀ ਛੇਤੀ ਛੇਤੀ ਕਰ ਸਕਦੇ ਹੋ। ਜੇਕਰ ਯਾਦ ਨਹੀਂ ਹੈ ਤੇ ਤੁਸੀਂ ਅਲਫਾਬੈਟ ਲਿਖੋਗੇ ਤੇ ਉਹਨਾਂ ਚੋਂ ਵੇਖ ਵੇਖ ਕੇ ਉਹਨਾਂ ਨੂੰ ਲਿਖਣਾ ਪਊਗਾ ਜਿਸ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਅਲਫਾਬੈਟ ਦੇ ਰੈਂਕ ਲਿਖਦੇ ਹਾਂ। 1 2 3 4 5 7 8 9 10 11 12 13 14 15 ਅਲਫਾਬੈਟ ਦੇ ਜਿਹੜੇ ਰੈਂਕ ਹੈ ਉਹ ਫੋਰਵਰਡ ਜਾਂ ਰਿਵਰਸ ਆਰਡਰ ਦੇ ਵਿੱਚ ਹੁੰਦੇ ਹਨ। ਇਹ ਆਪਾਂ ਜਿਹੜਾ ਲਿਖਦੇ ਪਏ ਹਾਂ ਉਹ ਫੋਰਵਰਡ ਆਰਡਰ ਹੈ ਜਿਹੜਾ ਆਪਾਂ ਬਚਪਨ ਤੋਂ ਪੜ੍ਹਦੇ ਆਏ ਹਾਂ। ਰਿਵਰਸ 'ਚ ਕੀ ਰਹਿੰਦਾ ਹੈ ਕਿ ਆਪਣੇ ਕੋਲ ਜਿਹੜਾ ਜੈਡ ਹੈ ਉਹ 26 ਤੇ ਨਾ ਜਾ ਕੇ 1 ਤੋਂ ਸਟਾਰਟ ਹੋ ਜਾਂਦਾ ਹੈ। ਠੀਕ ਹੈ, ਕਿ ਹੁਣ ਤਾਂ ਆਪਣੇ ਕੋਲ ਜਿਹੜਾ ਜੈਡ ਹੈ ਕਿਹੜੇ ਨੰਬਰ ਤੇ ਬਣਦਾ ਹੈ, 26 ਰੈਂਕ ਤੇ ਬਣਦਾ ਹੈ। ਠੀਕ ਹੈ, 2 ਆਰਡਰ ਹੁੰਦੇ ਹਨ, ਫੋਰਵਰਡ ਆਰਡਰ ਤੇ ਰਿਵਰਸ ਆਰਡਰ। ਫੋਰਵਰਡ ਦੇ ਵਿੱਚ ਕੀ ਰਹਿੰਦਾ ਹੈ ਕਿ ਆਪਾਂ ਜਿਹੜਾ ਬਚਪਨ ਤੋਂ ਪੜ੍ਹਦੇ ਆਏ ਹਾਂ, ਏ ਹੁੰਦਾ ਹੈ 1 ਤੇ, ਬੀ ਹੁੰਦਾ ਹੈ 2 ਤੇ ਜੈਡ ਹੁੰਦਾ ਹੈ ਆਪਣੇ ਕੋਲ 26 ਤੇ। ਰਿਵਰਸ ਦੇ ਵਿੱਚ ਕੀ ਹੁੰਦਾ ਹੈ, ਉਲਟਾ ਹੋ ਜਾਂਦਾ ਹੈ, ਜੈਡ ਜਿਹੜਾ ਹੈ ਉਹ 1 ਤੇ ਰਹਿੰਦਾ ਹੈ, ਬੀ ਜਿਹੜਾ ਆਪਣੇ ਕੋਲ ਰਹੂਗਾ ਉਹ 2 ਤੇ ਰਹੂਗਾ, 2 ਤੇ ਨਹੀਂ ਸੋਰੀ 25 ਤੇ ਹੋ ਜਾਂਦਾ ਹੈ ਤੇ ਏ ਹੁੰਦਾ ਹੈ 26 ਤੇ। ਠੀਕ ਹੈ, ਰਿਵਰਸ ਆਰਡਰ ਆਪਣੇ ਕੋਲ ਜਨਰਲੀ ਐਨਾਲੋਜੀ ਦੇ ਟੌਪਿਕ ਦੇ ਵਿੱਚ ਯੂਜ਼ ਹੁੰਦਾ ਹੈ ਤੇ ਸੀਰੀਜ਼ ਦੇ ਵਿੱਚ ਆਪਣੇ ਕੋਲ ਸਿਰਫ ਫੋਰਵਰਡ ਆਰਡਰ ਯੂਜ਼ ਹੁੰਦਾ ਹੈ ਤੇ ਆਪਾਂ ਅੱਜ ਇਹੀ ਪੜਾਂਗੇ। ਤੇ ਤੁਹਾਨੂੰ ਅਲਫਾਬੈਟ ਦੇ ਰੈਂਕ ਹੈ ਉਹ ਪਤਾ ਹੋਣੇ ਚਾਹੀਦੇ ਹਨ, ਤੁਸੀਂ ਕੋਸ਼ਿਸ਼ ਕਰਨੀ ਹੈ ਇਹਨਾਂ ਨੂੰ ਯਾਦ ਕਰਨ ਦੀ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ ਜਿਸ ਦੇ ਵਿੱਚ ਅਸੀਂ ਕਰਾਂਗੇ ਪਹਿਲਾਂ ਕੁਐਸਚਨ। ਪਹਿਲੇ 3 ਕੁਐਸਚਨ ਦਿੱਤੇ ਹੋਏ ਹਨ ਤੁਹਾਨੂੰ ਸਮਝਾਉਣ ਵਾਸਤੇ ਕਿ ਅਲਫਾਬੈਟ ਸੀਰੀਜ਼ ਦੇ ਵਿੱਚ ਕੁਐਸਚਨ ਹੁੰਦੇ ਕਿਸ ਤਰੀਕੇ ਦੇ ਹਨ। ਠੀਕ ਹੈ, ਸੀ ਪਹਿਲਾ ਨੰਬਰ ਸੀਰੀਜ਼ ਦੇ ਵਿੱਚ ਅਸੀਂ ਡਿਸਕਸ ਕਰ ਲਿਆ ਸੀ ਕਿ ਸੀਰੀਜ਼ ਕਿਸ ਤਰੀਕੇ ਦੀ ਹੁੰਦੀ ਹੈ, ਹੁੰਦੀ ਕੀ ਹੈ ਸੀਰੀਜ਼ ਤੇ ਕਿਸ ਤਰੀਕੇ ਨਾਲ ਕੁਐਸਚਨ ਬਣਦੇ ਹਨ ਤੇ ਆਪਾਂ ਕਿਸ ਤਰੀਕੇ ਨਾਲ ਇਸਦਾ ਆਨਸਰ ਕਰ ਸਕਦੇ ਹਾਂ। ਠੀਕ ਹੈ, ਕੁਐਸਚਨ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਅਲਫਾਬੈਟ ਨੂੰ ਜਿਹੜਾ ਕਨਵਰਟ ਕਰਨਾ ਹੈ ਉਹ ਨੰਬਰਾਂ 'ਚ ਕਰਨਾ ਹੈ। ਜੀ ਹੁੰਦਾ ਹੈ 7 ਤੇ, ਆਈ ਹੁੰਦਾ ਹੈ 9 ਤੇ, ਐਲ ਹੁੰਦਾ ਹੈ 12 ਤੇ, ਪੀ ਹੁੰਦਾ ਹੈ 16 ਤੇ। ਠੀਕ ਹੈ, 7 ਤੋਂ 9 ਕਿਵੇਂ ਆ ਸਕਦਾ ਹੈ ਇਹ ਗੱਲ ਵੇਖਣੀ ਹੈ, ਤੇ ਪਲੱਸ 2 ਕਰਨ ਨਾਲ 9 ਤੋਂ 12 ਕਿਵੇਂ ਆਊਗਾ, ਪਲੱਸ 3 ਕਰਨ ਨਾਲ 12 ਤੋਂ ਆਪਣੇ ਕੋਲ 19 ਕਿਵੇਂ ਆਊਗਾ, ਉਹ ਪਲੱਸ ਇਸ ਦੇ ਵਿੱਚ ਜਿਹੜੇ ਹੋਏ ਹਨ ਕਿੰਨੇ ਹੋਏ ਹਨ, ਸੋਰੀ ਪੀ 19 ਤੇ ਨਹੀਂ 16 ਤੇ ਹੁੰਦਾ ਹੈ। ਠੀਕ ਹੈ, ਤੇ 12 ਤੋਂ 16 ਕਿਵੇਂ ਆ ਸਕਦੇ ਹਨ, ਪਲੱਸ 4 ਕਰਨ ਨਾਲ, ਯਾਨੀ ਕਿ ਪਹਿਲਾਂ ਤਾਂ ਆਪਣੇ ਕੋਲ ਪਲੱਸ 2 ਹੋਏ, ਉਸ ਤੋਂ ਬਾਅਦ ਪਲੱਸ 3, ਉਸ ਤੋਂ ਬਾਅਦ ਪਲੱਸ 4 ਤੇ ਅੱਗੇ ਜਿਹੜਾ ਨੰਬਰ ਆਪਾਂ ਪਲੱਸ ਕਰਾਂਗੇ ਉਹ ਕੀ ਪਲੱਸ ਕਰਾਂਗੇ, ਪਲੱਸ 5 ਕਰਾਂਗੇ। 16 'ਚ ਆਪਾਂ ਜਦੋਂ 5 ਪਲੱਸ ਕਰਾਂਗੇ ਤਾਂ ਕੀ ਬਣ ਜੂਗਾ, 21 ਬਣ ਜੂਗਾ, 21। 21 ਤੇ ਕਿਹੜਾ ਅਲਫਾਬੈਟ ਹੁੰਦਾ ਹੈ, ਯੂ। ਤਾਂ ਪਹਿਲੇ ਕੁਐਸਚਨ ਦਾ ਜਿਹੜਾ ਆਨਸਰ ਆਊਗਾ ਕੀ ਆਊਗਾ, ਯੂ। ਕੁਐਸਚਨ ਨੰਬਰ 2, ਏ ਈ ਆਈ ਓ ਯੂ। ਠੀਕ ਹੈ, ਯੂ ਕਿਉਂ ਆਊਗਾ, ਕਿਉਂਕਿ ਇਹ ਆਪਣੇ ਕੋਲ ਵੋਵਲ ਹਨ। ਠੀਕ ਹੈ, ਪਹਿਲਾ ਵੋਵਲ ਏ, ਏ ਤੋਂ ਬਾਅਦ ਈ, ਈ ਤੋਂ ਬਾਅਦ ਆਈ, ਆਈ ਤੋਂ ਬਾਅਦ ਓ, ਓ ਤੋਂ ਬਾਅਦ ਯੂ। ਵੋਵਲ ਦੇ ਰਿਗਾਰਡਿੰਗ ਵੀ ਕੁਐਸਚਨ ਰਹਿੰਦਾ ਹੈ, ਇੱਕ ਹੀ ਕੁਐਸਚਨ ਹੁੰਦਾ ਹੈ ਵੋਵਲ, ਕਿਉਂਕਿ 5 ਹੀ ਵੋਵਲ ਹੁੰਦੇ ਹਨ ਤਾਂ ਇਸ ਤਰੀਕੇ ਨਾਲ ਕੁਐਸਚਨ ਰਹਿ ਸਕਦਾ ਹੈ। ਅੱਗੇ ਕੁਐਸਚਨ ਨੰਬਰ 3। ਠੀਕ ਹੈ, 3rd ਕੁਐਸਚਨ ਦੇ ਵਿੱਚ ਆਪਣੇ ਕੋਲ ਕੇ ਹੁੰਦਾ ਹੈ 11 ਤੇ। ਠੀਕ ਹੈ, ਜਦੋਂ 1 ਤੋਂ ਵੱਧ ਆਪਣੇ ਕੋਲ ਅਲਫਾਬੈਟ ਆ ਜਾਏ ਤਾਂ ਪਹਿਲੇ ਦਾ ਰਿਲੇਸ਼ਨ ਜਿਹੜਾ ਹੁੰਦਾ ਹੈ ਮੈਕਸਿਮਮ ਕੁਐਸਚਨਾਂ 'ਚ, ਜਾਂ ਮੈਂ ਕਹਿ ਸਕਦਾ ਹਾਂ 99% ਕੁਐਸਚਨਾਂ 'ਚ ਕਿਸ ਦੇ ਨਾਲ ਰਹਿੰਦਾ ਹੈ ਪਹਿਲੇ ਦਾ ਰਿਲੇਸ਼ਨ,
ਪਹਿਲੇ ਦੇ ਨਾਲ ਹੀ ਰਹਿੰਦਾ ਹੈ, ਦੂਜੇ ਦਾ ਜਿਹੜਾ ਰਿਲੇਸ਼ਨ ਹੈ ਉਹ ਦੂਜੇ ਨਾਲ ਰਹਿੰਦਾ ਹੈ, ਤੇ ਤੀਜੇ ਦਾ ਲੇਟਰ ਦਾ ਜਿਹੜਾ ਰਿਲੇਸ਼ਨ ਹੈ ਉਹ ਤੀਜੇ ਨਾਲ ਰਹਿੰਦਾ ਹੈ। ਸਮ ਟਾਈਮ ਕੋਈ ਸੋਚੋ ਇੱਕ ਕੁਐਸਚਨ ਇਹੋ ਜਿਹਾ ਆ ਜਾਂਦਾ ਹੈ ਜਿਸਦੇ ਵਿੱਚ ਇਸ ਤਰੀਕੇ ਦਾ ਨਹੀਂ ਹੁੰਦਾ ਕੁਐਸਚਨ, ਤੇ ਤੁਹਾਨੂੰ ਵੇਖਦੇ ਹੀ ਪਤਾ ਚੱਲ ਜਾਊਗਾ ਇਹ ਕੁਐਸਚਨ ਇਸ ਤਰੀਕੇ ਦਾ ਨਹੀਂ ਹੈ। ਤੁਸੀਂ ਉਹਨੂੰ ਚੇਂਜ ਕਰਕੇ ਕਰ ਸਕਦੇ ਹੋ ਕਿ ਪਹਿਲੇ ਦਾ ਰਿਲੇਸ਼ਨ ਤੀਜੇ ਨਾਲ ਬਣਾ ਕੇ ਵੇਖ ਲਓ, ਤੀਜੇ ਦਾ ਪਹਿਲੇ ਨਾਲ ਬਣਾ ਕੇ ਵੇਖ ਲਓ, ਇਸ ਤਰੀਕੇ ਨਾਲ ਕੁਐਸਚਨ ਹੋ ਜਾਊਗਾ। ਠੀਕ ਹੈ, ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਕਿ ਕੇ ਦਾ ਰੈਂਕ ਵੇਖਾਂਗੇ। ਕੇ ਰੈਂਕ ਹੁੰਦਾ ਹੈ 11 ਤੇ, ਕੇ ਤੋਂ ਬਾਅਦ ਐਮ ਹੈਗਾ, ਐਮ ਦਾ ਜਿਹੜਾ ਰੈਂਕ ਹੈ ਉਹ ਹੁੰਦਾ ਹੈ 13 ਤੇ, 13 ਤੋਂ ਬਾਅਦ ਆਪਣੇ ਕੋਲ ਪੀ ਅੱਗੇ 16 ਤੇ ਹੁੰਦਾ ਹੈ, ਪੀ ਹੁੰਦਾ ਹੈ 20 ਤੇ। ਠੀਕ ਹੈ, ਤੇ ਫਸਟ ਲੈਟਰ ਸਾਰਿਆਂ ਦੇ ਆਪਾਂ ਇੱਥੇ ਲਿਖ ਲਏ, ਫਿਰ ਸੈਕਿੰਡ ਲੈਟਰ ਲਿਖਾਂਗੇ। ਸੈਕਿੰਡ ਲੈਟਰ ਦੇ ਵਿੱਚ ਆਪਣੇ ਕੋਲ ਕੀ ਹੈਗਾ, ਐਨ, ਐਨ ਹੈਗਾ 14 ਤੇ, ਉਹ ਹੁੰਦਾ ਹੈ 15 ਤੇ, ਪੀ ਹੁੰਦਾ ਹੈ 16 ਤੇ, ਕਿਆ ਹੁੰਦਾ ਹੈ 17 ਤੇ। ਥਰਡ ਲੈਟਰ ਲਿਖਾਂਗੇ ਅੱਗੇ, ਥਰਡ ਲੈਟਰ ਦੇ ਵਿੱਚ ਆਪਣੇ ਕੋਲ ਬੀ ਹੈ ਸਭ ਤੋਂ ਪਹਿਲਾਂ, ਬੀ ਹੁੰਦਾ ਹੈ 2 ਤੇ, ਉਸ ਤੋਂ ਬਾਅਦ ਡੀ ਹੁੰਦਾ ਹੈ 4 ਤੇ, ਜੀ ਹੁੰਦਾ ਹੈ 7 ਤੇ, ਕੇ ਹੁੰਦਾ ਹੈ 11 ਤੇ। 11 ਤੋਂ 13 ਕਿਵੇਂ ਆ ਸਕਦੇ ਹਨ, ਤਾਂ ਪਲੱਸ 2 ਕਰਨ ਨਾਲ, 13 ਤੋਂ 16 ਪਲੱਸ 3 ਕਰਨ ਨਾਲ, 13 ਤੋਂ 16 ਤੋਂ ਜਿਹੜੇ 20 ਹੈ ਉਹ ਪਲੱਸ 4 ਕਰਨ ਨਾਲ ਆਣਗੇ, ਤੇ 20 ਚ ਆਪਾਂ ਅੱਗੇ ਕੀ ਪਲੱਸ ਕਰਾਂਗੇ, 5 ਪਲੱਸ ਕਰਾਂਗੇ। ਜਦੋਂ 20 ਚ ਤੁਸੀਂ 5 ਪਲੱਸ ਕਰੋਗੇ ਤਾਂ ਕੀ ਬਣ ਜਾਊਗਾ, 25। 25 ਤੇ ਆਪਣੇ ਕੋਲ ਕਿਹੜਾ ਅਲਫਾਬੇਟ ਹੁੰਦਾ ਹੈ, ਤਾਂ ਅਲਫਾਬੇਟ 25 ਤੇ ਰਹਿੰਦਾ ਹੈ ਵਾਈ। ਠੀਕ ਹੈ, ਤੇ ਫਸਟ ਆਪਣੇ ਕੋਲ ਆਊਗਾ ਅਲਫਾਬੇਟ, ਜਿਹੜਾ ਫਸਟ ਲੈਟਰ ਆਊਗਾ ਉਹ ਵਾਈ ਆਊਗਾ। 14 ਚ ਆਪਾਂ 1 ਪਲੱਸ ਕਰੀਏ ਤਾਂ 15 ਬਣ ਜਾਊਗਾ, 15 ਚ 1 ਪਲੱਸ ਕਰੋਗੇ ਤਾਂ 16 ਬਣ ਜਾਊਗਾ, 16 ਚ 1 ਪਲੱਸ ਕਰੋਗੇ ਤਾਂ 17 ਬਣ ਜਾਊਗਾ, 17 ਚ 1 ਪਲੱਸ ਕਰਕੇ ਲਿਖੋ ਕਿੰਨਾ ਆ ਜਾਊਗਾ 18। 18 ਤੇ ਜਿਹੜਾ ਲੈਟਰ ਆਪਣੇ ਕੋਲ ਹੁੰਦਾ ਹੈ ਆ, 2 ਚ 2 ਪਲੱਸ ਕਰੋ 4 ਬਣ ਜਾਊਗਾ, 4 ਚ 3 ਪਲੱਸ ਕੀਤਾ 7, 7 ਚ ਵੀ ਆਪਾਂ 4 ਪਲੱਸ ਕੀਤਾ 11, ਤੇ 11 ਚ ਕੀ ਪਲੱਸ ਕਰਾਂਗੇ ਅੱਗੇ, 5 ਪਲੱਸ ਕਰਾਂਗੇ ਕਿਉਂਕਿ ਪਹਿਲਾਂ 5 ਪਲੱਸ 2 ਹੋਏ ਹਨ, ਉਸ ਤੋਂ ਬਾਅਦ ਪਲੱਸ 3 ਹੋਏ ਹਨ, ਉਸ ਤੋਂ ਬਾਅਦ ਪਲੱਸ 4, ਤੇ ਲਾਸਟ 'ਚ ਜਿਹੜੇ ਪਲੱਸ ਹੋਣਗੇ ਉਹ 5 ਪਲੱਸ ਹੋਣਗੇ। 11 'ਚ ਜਦੋਂ 5 ਪਲੱਸ ਕਰਾਂਗੇ ਤਾਂ 16 ਬਣ ਜਾਊਗਾ, 16 ਤੇ ਆਪਣੇ ਕੋਲ ਕੀ ਹੁੰਦਾ ਹੈ ਪੀ, ਤਾਂ ਇਸਦਾ ਜਿਹੜਾ ਸਹੀ ਆਪਸ਼ਨ ਰਹੂਗਾ ਉਹ ਕੀ ਰਹੂਗਾ, ਵਾਈ ਆਰ ਐਲ। ਠੀਕ ਹੈ, ਤੇ ਵਾਈ ਆਰ ਐਲ ਇਸਦਾ ਆਨਸਰ ਆ ਜਾਊਗਾ, ਵਾਈ ਆਰ ਪੀ ਲਿਖਿਆ ਹੋਇਆ ਹੈ, ਡੀਅਰ ਐਲ ਨਹੀਂ ਹੈ, ਪੀ, ਵਾਈ ਆਰ ਪੀ, ਕਿਉਂਕਿ 16 ਤੇ ਆਪਣੇ ਕੋਲ ਕੀ ਹੁੰਦਾ ਹੈ, ਪੀ ਹੁੰਦਾ ਹੈ। ਨੈਕਸਟ ਕੁਐਸਚਨ ਨੰਬਰ 4th, ਉਹ ਆਰ ਹੈ, ਕਿਊ ਐਮ ਦਿੱਤਾ ਹੋਇਆ ਹੈ। ਠੀਕ ਹੈ, ਫਸਟ ਦਾ ਰਿਲੇਸ਼ਨ ਤੁਸੀਂ ਫਸਟ ਨਾਲ ਹੀ ਬਣਾ ਕੇ ਵੇਖਣਾ ਹੈ, ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਜੋ ਕਿ ਸਵੇਰ ਸਟਾਰਟਿੰਗ 'ਚ ਆਪਾਂ ਨਹੀਂ ਦੱਸੀ, ਕਿ ਆਪਣੇ ਕੋਲ ਜਿਹੜੇ ਰੀਜਨਿੰਗ ਦੇ ਵਿੱਚ ਅਲਫਾਬੇਟ ਰਹਿੰਦੇ ਹਨ ਉਹ ਕਦੇ ਵੀ ਜੈਡ ਤੇ ਆ ਕੇ ਖਤਮ ਨਹੀਂ ਹੁੰਦੇ, ਉਹ ਜੈਡ ਤੋਂ ਬਾਅਦ ਏ ਤੋਂ ਦੁਬਾਰਾ ਤੋਂ ਸਟਾਰਟ ਹੋ ਜਾਂਦੇ ਹਨ। ਠੀਕ ਹੈ, ਏ ਬੀ ਸੀ, ਉਸ ਤੋਂ ਬਾਅਦ ਇਸ ਤਰੀਕੇ ਨਾਲ ਚੱਲਦੇ ਚੱਲਦੇ ਐਕਸ ਵਾਈ ਜੈਡ ਆ ਜਾਊਗਾ, ਉਸ ਤੋਂ ਬਾਅਦ ਵੀ ਇਹ ਦੁਬਾਰਾ ਨਾਲ ਸਟਾਰਟ ਹੋ ਜਾਂਦੇ ਹਨ। ਠੀਕ ਹੈ, ਤੇ ਕਹਿਣ ਦਾ ਮੀਨ ਇਹ ਹੈ ਕਿ ਅਲਫਾਬੇਟ ਰੀਜਨਿੰਗ ਦੇ ਵਿੱਚ ਜਿਹੜੇ ਹੈ ਉਹ ਕਦੇ ਵੀ ਖਤਮ ਨਹੀਂ ਹੁੰਦੇ, ਹਮੇਸ਼ਾ ਰਿਪੀਟ ਹੁੰਦੇ ਰਹਿੰਦੇ ਹਨ, ਜੈਡ ਤੋਂ ਬਾਅਦ ਵਾਪਿਸ ਤੋਂ ਕਿੱਥੋਂ ਸਟਾਰਟ ਹੋ ਜਾਂਦੇ ਹਨ, ਏ ਤੋਂ ਸਟਾਰਟ ਹੋ ਜਾਂਦੇ ਹਨ। ਠੀਕ ਹੈ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ 27 ਰੈਂਕ ਤੇ ਕੀ ਰਹੂਗਾ, ਤੇ ਤੁਸੀਂ ਬੜੇ ਹੀ ਆਸਾਨੀ ਨਾਲ ਦੱਸ ਸਕਦੇ ਹੋ ਕਿ 26 ਤੇ ਜੈਡ ਹੁੰਦਾ ਤੇ 27 ਤੇ ਕਿਹੜਾ ਰਹੂਗਾ, ਏ ਰਹੂਗਾ, 28 ਤੇ ਜਿਹੜਾ ਰਹੂਗਾ ਬੀ ਰਹੂਗਾ, 29 ਤੇ ਜਿਹੜਾ ਰਹੂਗਾ ਉਹ ਸੀ ਰਹੂਗਾ। ਠੀਕ ਹੈ, ਹੁਣ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ 36 ਤੇ ਤੁਸੀਂ ਦੱਸੋ ਕੀ ਰਹੂਗਾ, ਕੀ ਕਾਊਂਟ ਕਰੋਗੇ, ਕਦੇ ਵੀ ਕਾਊਂਟ ਨਹੀਂ ਕਰੋਗੇ, ਤੁਸੀਂ ਕੀ ਕਰਨਾ ਹੈ, 36 ਤੇ ਜਿਹੜਾ ਅਲਫਾਬੇਟ ਰਹੂਗਾ ਉਸਦਾ ਰੈਂਕ ਉਸ ਦਾ ਪਤਾ ਕਰਨ ਵਾਸਤੇ 36 ਨੂੰ ਜਿਹੜਾ ਮਾਈਨਸ ਕਰਨਾ ਹੈ ਉਹ ਤੁਸੀਂ 26 ਚੋਂ ਕਰਨਾ ਹੈ, 26 ਚੋਂ ਜਦੋਂ ਮਾਈਨਸ ਕਰੋਗੇ ਤਾਂ ਆ ਜਾਊਗਾ 10, ਤਾਂ 36 ਤੇ ਜਿਹੜਾ ਅਲਫਾਬੇਟ ਆਪਣੇ ਕੋਲ ਨਿਕਲ ਕੇ ਆਊਗਾ ਉਹ 10ਵੇਂ ਰੈਂਕ ਤੇ ਕਿਹੜਾ ਹੁੰਦਾ ਹੈ, ਜੇ ਹੁੰਦਾ ਹੈ ਤੇ ਆ ਜਾਊਗਾ ਜੇ, ਯਾਨੀ ਕਿ 36 ਤੇ ਜਿਹੜਾ ਅਲਫਾਬੇਟ ਰਹਿੰਦਾ ਹੈ ਉਹ ਕਿਹੜਾ ਰਹਿੰਦਾ ਹੈ ਜੇ। ਤੁਸੀਂ ਦੱਸਣਾ ਹੋਵੇ ਕਿ ਆਪਣੇ ਕੋਲ 42 ਤੇ ਕਿਹੜਾ ਅਲਫਾਬੇਟ ਰਹੂਗਾ, ਠੀਕ ਹੈ, ਤੇ ਇਸ ਨੂੰ 26 ਚੋਂ ਮਾਈਨਸ ਕਰੋ ਤਾਂ ਆਪਣੇ ਕੋਲ ਆ ਜਾਊਗਾ 16, 16 ਨੰਬਰ ਤੇ ਕੀ ਹੁੰਦਾ ਹੈ, ਪੀ, ਤਾਂ 42 ਤੇ ਕਿਹੜਾ ਰਹੂਗਾ, ਪੀ ਰਹੂਗਾ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਦੱਸ ਸਕਦੇ ਹੋ, ਤੇ ਕਰਦੇ ਹਾਂ ਅੱਗੇ ਕੁਐਸਚਨ। ਕੁਐਸਚਨ ਨੰਬਰ 4, ਉਹ ਆਪਣੇ ਕੋਲ ਹੁੰਦਾ ਹੈ 15 ਤੇ, ਉਸ ਤੋਂ ਬਾਅਦ ਕਿਊ ਹੁੰਦਾ ਹੈ 17 ਤੇ, ਟੀ ਹੁੰਦਾ ਹੈ 20 ਤੇ, 20 ਤੋਂ ਬਾਅਦ ਐਕਸ ਹੁੰਦਾ ਹੈ 24 ਤੇ, ਆਰ 18 ਤੇ ਹੁੰਦਾ ਹੈ, ਐਮ 13 ਤੇ ਹੁੰਦਾ ਹੈ, 9 ਤੇ ਆਈ ਹੁੰਦਾ ਹੈ, ਤੇ ਐਫ ਹੁੰਦਾ ਹੈ 6 ਤੇ। ਪਹਿਲਾਂ ਪਲੱਸ 2 ਹੋਏ ਹਨ, ਉਸ ਤੋਂ ਬਾਅਦ ਪਲੱਸ 3, ਉਸ ਤੋਂ ਬਾਅਦ ਪਲੱਸ 4 ਤੇ, ਆਪਾਂ 24 'ਚ ਕੀ ਪਲੱਸ ਕਰਾਂਗੇ, ਫਿਰ ਉਸ ਤੋਂ ਬਾਅਦ ਪਲੱਸ 5 ਕਰਾਂਗੇ। ਠੀਕ ਹੈ, ਤੇ 24 'ਚ ਜਦੋਂ ਤੁਸੀਂ 5 ਪਲੱਸ ਕਰੋਗੇ ਤਾਂ ਆਪਣੇ ਕੋਲ ਕੀ ਆ ਜਾਊਗਾ, 24 ਪਲੱਸ 5 ਕੀ ਹੁੰਦੇ ਹਨ, 29, ਤੇ 29 ਤੇ ਕਿਹੜਾ ਹੁੰਦਾ ਹੈ, ਇਹ ਦੱਸਣ ਵਾਸਤੇ ਇਸ ਨੂੰ 26 'ਚੋਂ ਮਾਈਨਸ ਕਰੋਗੇ ਤਾਂ ਆ ਜਾਊਗਾ 3। ਠੀਕ ਹੈ, ਤੇ 3 ਤੇ ਨੰਬਰ ਤੇ ਕਿਹੜਾ ਹੁੰਦਾ ਹੈ ਆਪਣੇ ਕੋਲ ਅਲਫਾਬੇਟ ਸੀ, ਤਾਂ ਇਸ ਦਾ ਜਿਹੜਾ ਸਟਾਰਟਿੰਗ ਰਹੂਗਾ ਉਹ ਸੀ ਦੇ ਨਾਲ ਰਹੂਗਾ, 15 'ਚ ਆਪਾਂ ਪਲੱਸ 2 ਕੀਤੇ 17 ਬਣ ਗਿਆ, 17 'ਚ ਪਲੱਸ 3 ਕੀਤੇ 20 ਬਣ ਗਿਆ, 20 'ਚ ਪਲੱਸ 4 24 ਬਣ ਗਿਆ, 24 'ਚ ਪਲੱਸ ਕੀਤੇ ਅਗੇਨ ਆਪਾਂ 5। ਠੀਕ ਹੈ, ਤੇ 29 ਬਣ ਗਿਆ, 29 ਨੂੰ 26 'ਚੋਂ ਮਾਈਨਸ ਕੀਤਾ ਤੇ ਬਣ ਗਿਆ 3, 3 ਤੇ ਹੁੰਦਾ ਹੈ ਆਪਣੇ ਕੋਲ ਸੀ। ਅੱਗੇ 18 'ਚੋਂ ਗਏ ਮਾਈਨਸ 5, ਮਾਈਨਸ 5 ਕੀਤੇ ਹੈ ਨਾ 18 'ਚੋਂ,
उस तो बाद 13 चो माइनस आप जेडे कितने हैं कितने कितने हैं चार, 13 चो माइनस कितने हैं चार, 9 चो जेडे माइनस हुए हैं वो कितने माइनस हुए हैं माइनस 3, यानी कि पहला तो आप माइनस 5 कितने हैं उस तो बाद माइनस 4 फिर माइनस 3 तो अगे जेड़ा नंबर माइनस होगा की होगा माइनस 2, 6 चो जो 2 जाएंगे तो की रह जाएगा 4, 4 से की होता है डी, तो इस दा जेड़ा आंसर आऊगा वो सी डी आऊगा। नेक्स्ट क्वेश्चन नंबर 5, हुण इहनां च ऑप्शन भी नाल ही दिती है, ठीक है, तो ऑप्शन चो वेख के तुसीं वेख दस 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 सकदे हो कि कीड़ा ऑप्शन आऊगा। इत्थे क्वेश्चन थोड़ा अलग टाइप का है, पहला अपने को एक अल्फाबेट है उस तो बाद अल्फाबेट 2 हो गए फिर 3 हो गए उस तो बाद जेड़े अल्फाबेट होणगे वो किन्ने होने चाहिए हैं, 4 अल्फाबेट होने चाहिए हैं उस तो बाद अल्फाबेट किन्ने 5, ठीक है, तो बी ते डी दे विचकार किस नूं इसने स्किप किया है या छड्या होया है, तो बी तो डी दे विचकार इसने सी नूं छड्या होया है, नंबर 3 वाले नूं छड्या होया है सी नूं, ई तो एच दे विचकार इसने जिस नूं छड्या होया है एफ अते जी नूं, यानी कि पहला तां एक अल्फाबेट छड्या सी उस तो बाद अल्फाबेट किन्ने छड्डे इसने 2, तो अगे किन्ने अल्फाबेट छड्डणे हन 3, ठीक है, जे तो बाद की आऊगा के एल ते एम, 3 अल्फाबेट छड्डूगा तो लिखने किन्ने हैं 4, एन ओ पी ते क्यू, 3 छड्ड के 4 लिखते उस तो बाद किन्ने छड्डने चाहिए हैं, इत्थे 2 छड्डे फिर 3 छड्डे उस तो बाद 4 छड्डो तो वेखो की अपने को वी बनता है, क्यू तो बाद 4 छड्डो की आऊगा आर एस टी ते यू, ये 4 छड्डते तो उस तो बाद की आऊगा वी, तो तुसी इस तरीके नाल चेक भी कर सकते हो, तो ऑप्शन की आ जाऊगा एन ओ पी क्यू, एन ओ पी क्यू ऑप्शन नंबर हैगा अपने कोल ऑप्शन ई। अगे क्वेश्चन नंबर 6, ठीक है, तो हमेशा मैं थोनू पहला भी आख्या मैक्सिमम क्वेश्चन च जेड़ा रिलेशन रहूगा वो पहले का पहले नाल ही रहूगा, तुसी क्वेश्चन नू जेड़ा स्टार्ट करना है वो ऐसे तरीके नाल करना है कि पहले का रिलेशन पहले दे नाल, पहले नू कंपेयर किस दे नाल करोगे, पहले नाल करोगे दूजे नू करोगे दूजे नाल फिर तीजे नू तीजे नाल, ठीक है, तो तुसी इस तरीके नाल लिख सकते हो जेड हुंदा है 26 ते उस तो बाद आया है 24x, वी हुंदा है 22 ते, टी हुंदा है वी ते, उस तो बाद ए 1 ते, सी 3 ते, ई हुंदा है 5 ते, उस तो बाद जी हुंदा है 7 ते, सी 3 ते हुंदा है, एफ हुंदा है 6 ते, आई हुंदा है 9 ते, एल हुंदा है 12 ते, 26 तो 24 किवें बन सकते हैं तो माइनस 2 होए हैं अगे भी माइनस 2 हैं तो उस तो बाद ही माइनस जड़ा किता है की किता है माइनस 2 किता है, ठीक है, तो अगे भी जड़ा नंबर माइनस होगा की माइनस हो जाऊगा माइनस 2 हो जाऊगा, माइनस 2 करांगे जदों वी चो की आ जाऊगा 18 आ जाऊगा, 18 ते केड़ा अपने कोल अल्फाबेट हुंदा है आर हुंदा है, 1 तो 3 किवें आ सकता है प्लस कितने हैं 2, 3 तो 5 एस चे भी प्लस 2, 5 तो 7 एस चे भी प्लस कितने हैं 2, जे 7 चे जो आप 2 प्लस करांगे तो बन जूगा 9, 9 ते हुंदा है आई ते आर आई, 3 चे आप 3 प्लस कितने 6, 6 चे भी 3 प्लस कितने 9, 9 चे भी 3 प्लस करांगे 12, 12 चे प्लस कर दो 3 बन जूगा 15, 15 ते हुंदा है ओ, तो इसका जो सही आंसर रहेगा वो आर आई ओ रहेगा, आर आई ओ अपने को ऑप्शन नंबर है बी, ठीक है, 6 का ऑप्शन आ जाऊगा बी। नेक्स्ट क्वेश्चन नंबर 7, ए हुंदा है 1 ते, बी हुंदा है 2 ते, डी हुंदा है 4 ते, उस तो बाद पता करना है ए हुंदा है 11 ते, वाई हुंदा है 25 ते 25 ते, वी हुंदा है 22 ते, आर हुंदा है 18 ते, उस तो बाद पता करना है ते लास्ट जी लिखा है जी हुंदा है 7 ते, डी हुंदा है 4 ते, एफ हुंदा है 6 ते, अगे एच 8 ते, पता करना है एल हुंदा है 12 ते, ठीक है, ते 1 तो 2 किवें आ सकते हैं प्लस कितने हैं एस च 1, उस तो बाद प्लस कितने हैं 2, ते अगे प्लस की होना चाहिए है 3, 4 से जो 3 प्लस करांगे तो बन जूगा 7, 7 च अगे की प्लस होने चाहिए सन 4, 4 जो 7 च प्लस करांगे बन जूगा 11, ते अपना ये लॉजिक सही है, इत्थे 7 ही आऊगा, 7वें नंबर ते केड़ा अल्फाबेट हुंदा है जी, 25 चो 3 गए 22, 22 चो जेडे 4 माइनस किते तां 18, 18 चो माइनस होणगे 5, 18 चो जदों 5 माइनस करांगे तां की बण जाऊगा अपने कोल 13, 13 ते हुंदा है एम, 13 चो अगे 6 माइनस किते तां 7 आ जाऊगा ते ए वी लॉजिक सही है, 13 ते हुंदा है एम, तां जी एम आ जाऊगा, 4 च 2 प्लस किते 6, इहनां च 2 2 प्लस हो रहे हन ते 10 आ जाऊगा, 10वें नंबर ते जेड़ा बणदा है ओह की बणदा है जे बणदा है, तां इस दा जेड़ा सही आंसर होऊगा जी एम जे,
ਜੀ ਐਮ ਜੇ ਆਪਸ਼ਨ ਨੰਬਰ ਹੈਗਾ ਆਪਣੇ ਕੋਲ ਬੀ ਬੁਆਏ। ਨੈਕਸਟ ਕੁਸ਼ਚਨ ਨੰਬਰ 8 ਪਹਿਲਾਂ ਏ ਬੀ ਲਿਖਿਆ ਹੈ ਇੱਥੇ ਵੀ ਏ ਬੀ ਹੈ ਬਟ ਇਸਨੂੰ ਉਲਟਾ ਕਰਕੇ ਲਿਖਤਾ ਪਹਿਲਾਂ ਦੋ ਆਪਣੇ ਕੋਲ ਅਲਫਾਬੇਟ ਸੀਗੇ ਫਿਰ ਤਿੰਨ ਹੋ ਗਏ ਉਸ ਤੋਂ ਬਾਅਦ ਚਾਰ ਹੋ ਗਏ ਠੀਕ ਹੈ ਪਹਿਲੇ ਦਾ ਰਿਲੇਸ਼ਨ ਜਿਹੜਾ ਦੂਜੇ ਨਾਲ ਹੈ ਤੀਜੇ ਦਾ ਜਿਹੜਾ ਰਿਲੇਸ਼ਨ ਚੌਥੇ ਨਾਲ ਹੈ ਤੇ ਪੰਜਵੇਂ ਦਾ ਜਿਹੜਾ ਰਿਲੇਸ਼ਨ ਰਹੂਗਾ ਉਹ ਛੇਵੇਂ ਨਾਲ ਰਹੂਗਾ ਠੀਕ ਹੈ ਤੇ ਇਹਨਾਂ ਨੂੰ ਉਲਟੇ ਕਰ ਕਰਕੇ ਲਿਖਣੀ ਹੈ ਏ ਬੀ ਸੀ ਨੂੰ ਉਲਟਾ ਕੇ ਲਿਖ ਦਿਓ ਉਲਟਾ ਕਰਕੇ ਲਿਖ ਦਿਓ ਕੀ ਬਣ ਜਾਊਗਾ ਡੀ ਸੀ ਬੀ ਏ ਤਾਂ ਇਸਦਾ ਜਿਹੜਾ ਸਹੀ ਆਨਸਰ ਆਊਗਾ ਉਹ ਡੀ ਸੀ ਬੀ ਏ ਆਪਸ਼ਨ ਨੰਬਰ ਆਪਣੇ ਕੋਲ ਹੈਗਾ ਹੈ ਆਪਸ਼ਨ ਏ ਈ ਸੋਰੀ ਅੱਗੇ ਕੁਸ਼ਚਨ ਨੰਬਰ ਹੈ 9 ਦੇ ਵਿੱਚ ਐਮ ਐਨ ਓ ਪੀ ਐਮ ਰਹਿੰਦਾ ਹੈ 13 ਨੰਬਰ 13 ਤੇ ਐਨ ਹੁੰਦਾ ਹੈ ਨੰਬਰ 14 ਤੇ ਓ ਹੁੰਦਾ ਹੈ ਨੰਬਰ 15 ਤੇ ਪੀ ਰਹਿੰਦਾ ਹੈ ਨੰਬਰ 16 ਤੇ ਉਸ ਤੋਂ ਬਾਅਦ ਤੁਸੀਂ ਪਤਾ ਕਰਨਾ ਹੈ ਕੀ ਆਊਗਾ ਐਚ ਹੁੰਦਾ ਹੈ ਨੰਬਰ 8 ਤੇ ਆਈ ਨੰਬਰ 9 ਤੇ ਕੇ ਨੰਬਰ 11 ਤੇ ਐਨ ਨੰਬਰ 14 ਤੇ ਉਸ ਤੋਂ ਬਾਅਦ ਪਤਾ ਕਰਨਾ ਹੈ ਕੀ ਆਊਗਾ ਜੈਡ ਹੁੰਦਾ ਹੈ 26 ਤੇ ਡਬਲਯੂ ਹੁੰਦਾ ਹੈ 23 ਤੇ ਟੀ ਹੁੰਦਾ ਹੈ 20th ਤੇ ਉਸ ਤੋਂ ਬਾਅਦ 17 ਤੇ ਪਤਾ ਕਰਨਾ ਹੈ ਕੀ ਆਊਗਾ 13 ਚ ਜਦੋਂ ਆਪਾਂ ਪਲੱਸ 1 ਕਰਾਂਗੇ ਤਾਂ 14 ਆ ਜਾਊਗਾ 14 ਚ ਪਲੱਸ 1 ਸਾਰਿਆਂ ਚ ਪਲੱਸ 1 ਹੋ ਰਿਹਾ ਹੈ ਤੇ 16 ਚ ਪਲੱਸ 1 ਕਰਾਂਗੇ 17 ਬਣ ਜਾਊਗਾ 17ਵੇਂ ਨੰਬਰ ਤੇ ਆਪਣੇ ਕੋਲ ਕੀ ਹੁੰਦਾ ਹੈ ਕਿਉ ਤਾਂ ਇੱਥੇ ਆ ਜਾਊਗਾ ਕਿਉ ਉਸ ਤੋਂ ਬਾਅਦ 8 ਚ ਪਲੱਸ ਕਰੋ 1 ਬਣ ਜਾਊਗਾ 9 9 ਚ ਪਲੱਸ ਕੀਤੇ 2 11 11 ਚ ਆਪਾਂ ਪਲੱਸ ਕੀਤੇ 3 14 ਤੇ 14 ਚ ਪਲੱਸ ਕੀ ਕਰਾਂਗੇ 4 4 ਪਲੱਸ ਕਰਾਂਗੇ ਤਾਂ ਬਣ ਜਾਊਗਾ 18 18 ਨੰਬਰ ਤੇ ਕੀ ਹੁੰਦਾ ਹੈ ਆਪਣੇ ਕੋਲ ਆ 26 ਚੋਂ 3 ਮਾਈਨਸ ਕੀਤੇ 23 23 ਚੋਂ ਵੀ 3 ਮਾਈਨਸ 20 20 ਚੋਂ ਵੀ 3 ਮਾਈਨਸ 17 17 ਚੋਂ ਵੀ 3 ਮਾਈਨਸ ਕਰੋਗੇ ਤਾਂ ਬਣ ਜਾਊਗਾ 14 14 ਨੰਬਰ ਤੇ ਆਪਣੇ ਕੋਲ ਕਿਹੜਾ ਅਲਫਾਬੇਟ ਰਹਿੰਦਾ ਹੈ ਐਨ ਤਾਂ ਕਿਊ ਆਰ ਐਨ ਇਸ ਦਾ ਆਨਸਰ ਹੋਊਗਾ ਕਿਊ ਆਰ ਐਨ ਆਪਸ਼ਨ ਨੰਬਰ ਹੈਗਾ ਆਪਣੇ ਕੋਲ ਬੀ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇਕਰ ਤੁਸੀਂ ਪਟਵਾਰੀ ਦੇ ਰਿਗਾਰਡਿੰਗ ਆਪਣੇ ਵਟਸਐਪ ਗਰੁੱਪ ਜੁਆਇਨ ਕਰਨੇ ਹੋਣ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਇਹ ਆਪਣੇ ਬਿਲਕੁਲ ਫਰੀ ਗਰੁੱਪ ਰਹਿੰਦੇ ਹਨ ਜੁਆਇਨ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਆਪਣਾ ਨਾਂ ਸਿਟੀ ਤੇ ਪਟਵਾਰੀ ਲਿਖ ਕੇ ਇਹਨਾਂ ਨੰਬਰਾਂ ਤੇ ਵਟਸਐਪ ਮੈਸੇਜ ਕਰਨਾ ਹੈ ਡੀਅਰ ਵਟਸਐਪ ਮੈਸੇਜ ਹੀ ਕਰਨਾ ਹੈ ਟੈਕਸਟ ਮੈਸੇਜ ਨਹੀਂ ਕਰਨਾ ਪਟਵਾਰੀ ਦੇ ਰਿਗਾਰਡਿੰਗ ਜੇਕਰ ਤੁਹਾਨੂੰ ਹੋਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਵੀ ਕਰ ਸਕਦੇ ਹੋ ਤੇ ਉਹ ਜਾਣਕਾਰੀ ਲੈ ਸਕਦੇ ਹੋ ਨੈਕਸਟ ਕੁਐਸਚਨ ਨੰਬਰ ਹੈਗਾ ਆਪਣੇ ਕੋਲ ਟੈਗ ਪੀ ਕਿਊ ਆਰ ਐਸ ਤੇ ਟੀ ਪਹਿਲੇ ਦਾ ਰਿਲੇਸ਼ਨ ਪਹਿਲੇ ਨਾਲ ਦੂਜੇ ਦਾ ਦੂਜੇ ਨਾਲ ਤੀਜੇ ਦਾ ਤੁਸੀਂ ਰਿਲੇਸ਼ਨ ਜਿਹੜਾ ਬਣਾਉਣਾ ਹੈ ਇੱਕ ਵਾਰ ਫੇਰ ਦੱਸ ਦਿੰਦਾ ਹਾਂ ਤੀਜੇ ਨਾਲ ਤੇ ਚੌਥੇ ਦਾ ਰਿਲੇਸ਼ਨ ਬਣਾਉਣਾ ਹੈ ਚੌਥੇ ਨਾਲ ਠੀਕ ਹੈ ਤੇ ਪੀ ਤੋਂ ਕਿਊ ਪੀ ਲਿਖਿਆ ਹੈ 16 ਤੇ ਕਿਊ ਹੈ 17 ਤੇ ਆਰ ਹੁੰਦਾ ਹੈ 18 ਤੇ ਐਸ ਹੁੰਦਾ ਹੈ 19 ਤੇ ਟੀ ਹੁੰਦਾ ਹੈ 20 ਤੇ ਉਸ ਤੋਂ ਬਾਅਦ 26 ਤੇ ਜੈਡ ਹੁੰਦਾ ਹੈ ਵਾਈ 25 ਤੇ ਐਕਸ 24 ਤੇ ਡਬਲਯੂ 23 ਤੇ ਵੀ ਹੁੰਦਾ ਹੈ 22 ਤੇ ਐਲ ਹੁੰਦਾ ਹੈ 12 ਤੇ ਐਨ ਹੁੰਦਾ ਹੈ 14 ਤੇ ਪੀ ਹੁੰਦਾ ਹੈ 16 ਤੇ ਆਰ ਹੁੰਦਾ ਹੈ 18 ਤੇ ਟੀ ਹੁੰਦਾ ਹੈ 20 ਤੇ ਇੱਥੇ 22 ਲਿਖਿਆ ਹੋਇਆ ਹੈ ਡੀਅਰ ਨੈਕਸਟ ਟੀ ਹੁੰਦਾ ਹੈ 20 ਤੇ ਆਰ ਹੁੰਦਾ ਹੈ 18 ਤੇ ਪੀ 16 ਤੇ ਐਨ ਹੁੰਦਾ ਹੈ 14 ਤੇ ਐਲ ਹੁੰਦਾ ਹੈ 12 ਤੇ 16 ਚ ਆਪਾਂ ਪਲੱਸ ਕਰਾਂਗੇ 1 17 17 ਚ ਪਲੱਸ 1 18 18 ਚ ਪਲੱਸ 1 ਸਾਰਿਆਂ ਚ ਪਲੱਸ 1 ਹੋ ਰਿਹਾ ਹੈ 20 ਚ ਪਲੱਸ 1 ਕਰ ਦੋਗੇ 21 ਬਣ ਜਾਊਗਾ 21 ਨੰਬਰ ਤੇ ਆਪਣੇ ਕੋਲ ਕਿਹੜਾ ਅਲਫਾਬੇਟ ਰਹਿੰਦਾ ਹੈ ਯੂ 26 ਚੋਂ ਮਾਈਨਸ 1 ਕੀਤੇ ਪਹਿਲਾਂ ਪਲੱਸ 1 ਕੀਤੇ ਸੀ ਉਸ ਤੋਂ ਬਾਅਦ ਮਾਈਨਸ 11 ਹੋ ਰਹੇ ਹਨ 22 ਚੋਂ ਜਦੋਂ ਮਾਈਨਸ 1 ਕਰਾਂਗੇ ਤਾਂ 21 ਬਣ ਜਾਊਗਾ 21 ਤੇ ਵੀ ਹੁੰਦਾ ਹੈ ਯੂ 12 ਚ ਪਲੱਸ 2 ਕੀਤੇ ਹਨ ਉਸ ਤੋਂ ਬਾਅਦ ਵੀ ਪਲੱਸ 2 ਹਰ ਵਾਰ ਪਲੱਸ 2 ਹੋ ਰਿਹਾ ਹੈ ਤਾਂ 20 ਚ ਵੀ ਪਲੱਸ 2 ਕਰਾਂਗੇ ਤਾਂ 22 ਬਣ ਜਾਊਗਾ 22 ਤੇ ਹੁੰਦਾ ਹੈ 20 20 ਚੋਂ ਮਾਈਨਸ ਕੀਤੇ ਹਨ ਕਿੰਨੇ 2 ਅਗੇਨ ਮਾਈਨਸ 2 ਅਗੇਨ ਮਾਈਨਸ 2 ਅਗੇਨ ਮਾਈਨਸ 2 ਤਾਂ 12 ਚੋਂ ਵੀ ਮਾਈਨਸ 2 ਤਾਂ ਬਣ ਜਾਊਗਾ 10 10 ਤੇ ਰਹਿੰਦਾ ਆਪਣੇ ਕੋਲ ਜੇ ਤਾਂ ਇਸਦਾ ਜਿਹੜਾ ਆਨਸਰ ਬਣੂਗਾ ਯੂ ਯੂ ਵੀ ਜੇ ਬਣੂਗਾ ਯੂ ਯੂ ਵੀ ਜੇ ਆਪਣੇ ਕੋਲ ਆਪਸ਼ਨ ਨੰਬਰ ਹੈਗਾ ਡੀ ਠੀਕ ਹੈ ਤਾਂ ਇਸ ਦਾ ਜਿਹੜਾ ਆਨਸਰ ਹੋਊਗਾ ਡੀ ਰਹੂਗਾ ਨੈਕਸਟ ਕੁਐਸਚਨ ਨੰਬਰ 11 ਸੀ ਹੁੰਦਾ ਹੈ 3 ਤੇ ਉਸ ਤੋਂ ਬਾਅਦ ਐਫ ਹੁੰਦਾ ਹੈ 6 ਤੇ ਆਈ ਹੁੰਦਾ ਹੈ 9 ਤੇ ਪਤਾ ਕਰਨਾ ਹੈ ਕੀ ਆਊਗਾ ਏ ਹੁੰਦਾ ਹੈ 1 ਤੇ ਡੀ ਹੁੰਦਾ ਹੈ 4 ਤੇ ਜੀ ਹੁੰਦਾ ਹੈ 7 ਤੇ ਉਸ ਤੋਂ ਬਾਅਦ ਪਤਾ ਕਰਨਾ ਹੈ ਕੀ ਆਊਗਾ 20 ਤੇ ਹੁੰਦਾ ਹੈ ਟੀ 23 ਤੇ ਹੁੰਦਾ ਹੈ ਡਬਲਯੂ ਤੇ 26 ਤੇ ਹੁੰਦਾ ਹੈ ਜੈਡ ਉਸ ਤੋਂ ਬਾਅਦ ਤੁਸੀਂ ਦੱਸਣਾ ਹੈ ਕੀ ਆਊਗਾ ਤਾਂ ਪਹਿਲਾਂ ਪਲੱਸ ਹੋਏ ਹਨ ਇੱਥੇ 3 ਉਸ ਤੋਂ ਬਾਅਦ ਪਲੱਸ ਹੋਏ ਹਨ 3 ਤੇ ਅੱਗੇ ਵੀ ਪਲੱਸ ਕਰ ਦਾਂਗੇ 3 12 ਬਣ ਜਾਊਗਾ 12 ਤੇ ਆਪਣੇ ਕੋਲ ਕਿਹੜਾ ਅਲਫਾਬੇਟ ਰਹਿੰਦਾ ਹੈ ਐਲ ਪਲੱਸ ਐਸ ਚ ਵੀ 3 ਕੀਤੇ ਹਨ ਇਹਨਾਂ ਚ 3 3 ਹੀ ਪਲੱਸ ਹੋ ਰਹੇ ਹਨ
10 बन जूगा, 10 ते हुंदा है जे, प्लस इत्थे भी 3 होए हन, इत्थे भी 3 होए हन, ते 26 च जदों आपां 3 प्लस करांगे ਤਾਂ ਵੈਸੇ ਤਾਂ ਆਪਣੇ ਕੋਲ 29 ਬਣ ਜੂਗਾ, ਬਟ 29 ਨੂੰ ਜਦੋਂ 26 ਚੋਂ ਮਾਈਨਸ ਕਰੋਗੇ ਤਾਂ 3 ਹੀ ਬਣ ਕੇ ਆਊਗਾ, ਤੇ 3 ਦੇ ਹੁੰਦਾ ਹੈ ਸੀ। ਤਾਂ ਇਸ ਦਾ ਜਿਹੜਾ ਆਨਸਰ ਬਣੂਗਾ ਐਲ ਜੇ ਸੀ, ਐਲ ਜੇ ਸੀ ਆਪਸ਼ਨ ਨੰਬਰ ਹੈਗਾ ਡੀ। ਠੀਕ ਹੈ, 20 ਇੱਕ ਵਾਰ ਫੇਰ ਸਮਝ ਲਓ ਡੀਅਰ ਕਿ 26 ਤੋਂ ਵੱਡੇ ਨੰਬਰ ਦਾ ਜੇਕਰ ਅਸੀਂ ਲੈਟਰ ਪਤਾ ਕਰਨਾ ਹੋਵੇ, 26 ਤੋਂ ਵੱਡਾ ਲੈਟਰ ਨੰਬਰ ਦਿੱਤਾ ਹੋਵੇ, ਜਿਵੇਂ ਤੁਹਾਡੇ ਕੋਲ 48 ਦਿੱਤਾ ਹੈ ਤੇ ਪੁੱਛਿਆ ਜਾਵੇ ਕਿ 48 ਤੇ ਕਿਹੜਾ ਲੈਟਰ ਹੋਊਗਾ, ਠੀਕ ਹੈ, ਤੇ ਤੁਸੀਂ ਕੀ ਕਰੋਗੇ, 48 ਨੂੰ ਮਾਈਨਸ ਕਰਨਾ ਹੈ 26 ਨਾਲ, ਕੀ ਬਣ ਜੂਗਾ ਆਪਣੇ ਕੋਲ 22, ਤੇ 22 ਤੇ ਰੀਅਲ ਤੇ ਜਿਹੜਾ ਅਲਫਾਬੈਟ ਰਹਿੰਦਾ ਹੈ ਉਹੀ 48 ਤੇ ਰਹੂਗਾ, ਕੀ ਰਹਿੰਦਾ ਹੈ V, ਤੇ 48 ਤੇ ਰਹੂਗਾ ਆਪਣੇ ਕੋਲ V। ਨੈਕਸਟ ਕੁਐਸਚਨ ਨੰਬਰ 12, A ਹੁੰਦਾ ਹੈ 1 ਤੇ, D ਹੁੰਦਾ ਹੈ 4 ਤੇ, M H ਹੁੰਦਾ ਹੈ 8 ਤੇ, M ਹੁੰਦਾ ਹੈ 13 ਤੇ, S ਹੁੰਦਾ ਹੈ 19 ਤੇ, ਉਸ ਤੋਂ ਬਾਅਦ B ਹੁੰਦਾ ਹੈ 2 ਤੇ, ਫਿਰ 7 ਲਿਖਿਆ ਹੋਇਆ ਹੈ, 13 ਦਿੱਤਾ ਹੋਇਆ ਹੈ, 20th ਹੈ, 42 ਹੈ, 4 ਹੈ, 11 ਹੈ, 19 ਹੈ, 2 ਹੈ, ਤੇ 12 ਹੈ। ਪਹਿਲਾਂ ਪਲੱਸ ਹੋਏ 3, ਉਸ ਤੋਂ ਬਾਅਦ ਪਲੱਸ 4, ਫਿਰ ਪਲੱਸ ਹੋਏ ਹਨ 5, ਤੇ ਲਾਸਟ 'ਚ ਪਲੱਸ ਕੀਤੇ ਹਨ 6, ਤੇ ਉਸ ਤੋਂ ਬਾਅਦ ਜਿਹੜਾ ਨੰਬਰ ਪਲੱਸ ਕਰਾਂਗੇ ਕੀ ਪਲੱਸ ਕਰਾਂਗੇ, 7 ਪਲੱਸ ਕਰਾਂਗੇ। 19 'ਚ ਜਦੋਂ 7 ਪਲੱਸ ਕਰੋਗੇ ਤਾਂ ਬਣ ਜੂਗਾ 26, 26 ਨੰਬਰ 'ਤੇ ਜਿਹੜਾ ਅਲਫਾਬੈਟ ਹੁੰਦਾ ਹੈ ਜੈਡ। ਤਾਂ ਆਪਣੇ ਕੋਲ ਏ, ਬੀ ਤੇ ਸੀ ਤਿੰਨਾਂ ਵਿੱਚੋਂ ਕੋਈ ਇੱਕ ਆਪਸ਼ਨ ਆਊਗਾ, ਡੀ ਤਾਂ ਨਹੀਂ ਆ ਸਕਦਾ ਕਿਉਂਕਿ ਪਹਿਲਾਂ ਲਿਖਿਆ ਹੋਇਆ ਹੈ ਐਕਸ, ਬਟ ਇੱਥੇ ਕੀ ਆਉਣਾ ਚਾਹੀਦਾ ਹੈ ਜੈਡ। ਅੱਗੇ 2 'ਚ ਪਲੱਸ ਕੀਤਾ 5, 6 'ਚ 7 'ਚ ਪਲੱਸ ਕੀਤਾ 6, ਫਿਰ 7 ਪਲੱਸ ਹੋਏ ਹਨ, ਉਸ ਤੋਂ ਬਾਅਦ ਪਲੱਸ 8, 20 'ਚ ਜਦੋਂ 8 ਪਲੱਸ ਕਰੋਗੇ ਤਾਂ 28 ਬਣ ਜੂਗਾ, 28 ਨੂੰ ਜਦੋਂ ਮਾਈਨਸ 26 ਕਰੋਗੇ ਤਾਂ 2 ਹੀ ਬਣੂਗਾ, ਤੇ 2 ਹੀ ਲਿਖਿਆ ਹੋਇਆ ਹੈ। ਪਹਿਲਾਂ 5, ਫਿਰ 6, 7, 8 ਪਲੱਸ ਹੋਏ ਹਨ, ਤੇ ਅੱਗੇ ਪਲੱਸ ਕਰ ਦੋਗੇ 9, ਤੇ 9 ਤੇ 2 ਗੇ ਹੁੰਦੇ ਹਨ 11, 11 ਤੇ ਕੀ ਰਹੂਗਾ ਆਪਣੇ ਕੋਲ, K, 11 ਤੇ ਕੀ ਹੁੰਦਾ ਹੈ, ਕੀ ਤੋਂ K, 4 'ਚ ਪਲੱਸ ਕੀਤੇ 7, ਫਿਰ ਪਲੱਸ ਕੀਤੇ 8, ਉਸ ਤੋਂ ਬਾਅਦ 9 ਪਲੱਸ ਕਰਾਂਗੇ ਤਾਂ 28 ਹੀ ਬਣੂਗਾ, 28 ਤੇ ਆਪਾਂ ਨੂੰ ਪਤਾ ਹੈ ਕਿ 2 ਹੁੰਦਾ ਹੈ, ਉਸ ਤੋਂ ਬਾਅਦ ਪਲੱਸ 10, ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਨੰਬਰ ਪਲੱਸ ਹੋਊਗਾ ਉਹ 11 ਪਲੱਸ ਹੋਊਗਾ, ਤੇ ਜਦੋਂ 12 'ਚ 11 ਪਲੱਸ ਕਰੋਗੇ ਤਾਂ ਬਣ ਜੂਗਾ 23, ਤੇ 23 ਤੇ ਰਹਿੰਦਾ ਹੈ W, ਤਾਂ ਇਸ ਦਾ ਜਿਹੜਾ ਸਹੀ ਆਨਸਰ ਬਣੂਗਾ ZKW, ZKW ਆਪਣੇ ਕੋਲ ਆਪਸ਼ਨ ਨੰਬਰ ਹੈਗਾ A। ਅੱਗੇ ਕੁਐਸਚਨ ਨੰਬਰ ਹੈਗਾ 13, D ਹੁੰਦਾ ਹੈ 4 ਤੇ, H ਹੁੰਦਾ ਹੈ 8 ਤੇ, L ਹੁੰਦਾ ਹੈ 12 ਤੇ, ਉਸ ਤੋਂ ਬਾਅਦ ਪਤਾ ਕਰਨਾ ਹੈ ਕੀ ਆਊਗਾ, I 9 ਤੇ ਹੁੰਦਾ ਹੈ, M ਹੁੰਦਾ ਹੈ 13 ਤੇ, ਉਸ ਤੋਂ ਬਾਅਦ Q ਹੁੰਦਾ ਹੈ 17 ਤੇ, ਅੱਗੇ ਪਤਾ ਕਰਨਾ ਹੈ ਕੀ ਆਊਗਾ, B 2 ਤੇ, F ਹੁੰਦਾ ਹੈ 6 ਤੇ, J ਹੁੰਦਾ ਹੈ 10 ਤੇ। ਠੀਕ ਹੈ, ਤੇ 4 ਤੋਂ ਆਪਣੇ ਕੋਲ 8 ਕਿਵੇਂ ਆ ਸਕਦੇ ਹਨ, ਪਲੱਸ 4 ਕੀਤੇ ਹਨ, ਉਸ ਤੋਂ ਬਾਅਦ ਵੀ ਪਲੱਸ 4 ਤੇ ਅੱਗੇ ਵੀ ਪਲੱਸ ਹੋਣਗੇ 4, 16 ਬਣ ਜੂਗਾ, 16 ਤੇ ਹੁੰਦਾ ਹੈ P। 9 'ਚ ਵੀ ਆਪਾਂ 4 ਪਲੱਸ ਕੀਤੇ 13, 13 'ਚ ਵੀ 4 ਪਲੱਸ ਕੀਤੇ 17, 17 'ਚ ਵੀ 4 ਪਲੱਸ ਕਰ ਦੋਗੇ ਤਾਂ ਬਣ ਜੂਗਾ 21, 21 ਤੇ ਹੁੰਦਾ ਹੈ ਆਪਣੇ ਕੋਲ U। ਇੱਥੇ ਵੀ 4-4 ਪਲੱਸ ਹੋ ਰਹੇ ਹਨ, ਠੀਕ ਹੈ, ਤੇ 10 'ਚ 4 ਪਲੱਸ ਕਰੋਗੇ ਤਾਂ ਬਣ ਜੂਗਾ 14, 14 ਤੇ ਹੁੰਦਾ ਆਪਣੇ ਕੋਲ N। ਤਾਂ ਇਸ ਦਾ ਜਿਹੜਾ ਸਹੀ ਆਨਸਰ ਬਣੂਗਾ PUN ਬਣੂਗਾ, PUN ਆਪਣੇ ਕੋਲ ਜਿਹੜਾ ਆਪਸ਼ਨ ਨੰਬਰ ਹੈਗਾ ਹੈ D। ਨੈਕਸਟ ਆਪਣੇ ਕੋਲ ਕੁਐਸਚਨ ਆ ਜਾਂਦੇ ਹਨ ਡੀਅਰ ਅਲਫਾ ਨੂਮੈਰਿਕ ਸੀਰੀਜ਼ ਦੇ, ਠੀਕ ਹੈ, ਅਲਫਾਬੈਟ ਦੇ ਰਿਗਾਰਡਿੰਗ ਆਪਾਂ ਜਿਹੜੇ ਹੈ ਉਹ ਕਾਫੀ ਕੁਐਸਚਨ ਕਰ ਲਏ ਹਨ, ਇਸੇ ਤਰੀਕੇ ਦੇ ਕੁਐਸਚਨ ਰਹਿੰਦੇ ਹਨ, ਪਲੱਸ ਮਾਈਨਸ ਇਹਨਾਂ 'ਚ ਜਨਰਲੀ ਜ਼ਿਆਦਾ ਹੁੰਦਾ ਹੈ, ਸਕੇਅਰ ਕਿਊਬ ਘੱਟ ਰਹਿੰਦਾ ਹੈ, ਮਲਟੀਪਲਾਈ ਤਾਂ ਹੁੰਦਾ ਹੀ ਨਹੀਂ, ਠੀਕ ਹੈ, ਤੇ ਪਲੱਸ ਮਾਈਨਸ ਦੇ ਰਿਗਾਰਡਿੰਗ ਹੀ ਕੁਐਸਚਨ ਰਹਿੰਦੇ ਹਨ। ਅੱਗੇ ਅਲਫਾ ਨੂਮੈਰਿਕ ਸੀਰੀਜ਼, ਅਲਫਾ ਨੂਮੈਰਿਕ ਸੀਰੀਜ਼ ਕੁਐਸਚਨ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ, ਅਲਫਾਬੈਟ ਨੂੰ ਜਿਹੜਾ ਕੰਪੇਅਰ ਕਰੋਗੇ ਉਹ ਅਲਫਾਬੈਟ ਦੇ ਨਾਲ ਹੀ ਕਰੋਗੇ, ਤੇ ਨੰਬਰਾਂ ਨੂੰ ਜਿਹੜਾ ਕੰਪੇਅਰ ਕਰਨਾ ਹੈ ਤੁਸੀਂ ਨੰਬਰਾਂ ਦੇ ਨਾਲ ਹੀ ਕਰਨਾ, ਠੀਕ ਹੈ, ਤੇ ਡੀ 4 ਤੇ ਹੁੰਦਾ ਹੈ, ਜੇ ਹੁੰਦਾ ਹੈ 10 ਤੇ, ਉਸ ਤੋਂ ਬਾਅਦ ਪੀ 16 ਤੇ ਲਿਖਿਆ ਹੋਇਆ ਹੈ, ਵੀ ਲਿਖਿਆ ਹੋਇਆ ਹੈ 22 ਤੇ, ਉਸ ਤੋਂ ਬਾਅਦ ਪਤਾ ਕਰਨਾ ਹੈ ਕੀ ਆਊਗਾ। ਹੁਣ ਆਪਣੇ ਕੋਲ ਇਹ ਹੈਗਾ ਨੰਬਰ 9, 9 ਲਿਖਿਆ ਹੋਇਆ ਹੈ, 27 ਲਿਖਿਆ ਹੋਇਆ ਹੈ, 81 ਲਿਖਿਆ ਹੋਇਆ ਹੈ, ਤੇ ਉਸ ਤੋਂ ਬਾਅਦ 243 ਹੈ, ਤੇ ਪਤਾ ਕਰਨਾ ਹੈ ਕੀ ਆਊਗਾ। ਅੱਗੇ ਅਲਫਾਬੈਟ 25 ਦਿੱਤਾ ਹੋਇਆ ਹੈ, ਫਿਰ 19 ਦਿੱਤਾ ਹੋਇਆ ਹੈ, 13 ਦਿੱਤਾ ਹੋਇਆ ਹੈ, ਤੇ 7 ਦਿੱਤਾ ਹੋਇਆ, ਉਸ ਤੋਂ ਬਾਅਦ ਦੱਸਣਾ ਹੈ ਕੀ ਆਊਗਾ। ਤੇ 4 ਤੋਂ 10 ਪਲੱਸ 6 ਕਰਨ ਤੇ ਆਊਗਾ, 10 ਤੋਂ 16 ਪਲੱਸ 6 ਅਗੇਨ ਪਲੱਸ 6 ਤੇ ਅਗੇਨ ਪਲੱਸ 6 ਹੀ ਹੋਣਗੇ, 22 'ਚ ਜਦੋਂ ਆਪਾਂ 6 ਪਲੱਸ ਕਰੀਏ ਤਾਂ ਬਣ ਜੂਗਾ 28, ਤੇ 28 ਨੂੰ 26 'ਚੋਂ ਮਾਈਨਸ ਕਰਾਂਗੇ ਤਾਂ ਬਣ ਜੂਗਾ 2, ਤੇ 2 ਤੇ ਹੁੰਦਾ ਹੈ ਜਿਹੜਾ B। ਤਾਂ B ਆਪਣੇ ਕੋਲ ਸਟਾਰਟਿੰਗ 'ਚ ਇੱਕ ਹੀ ਆਪਸ਼ਨ 'ਚ ਹੈਗਾ, ਆਪਸ਼ਨ A ਹੀ ਆਊਗਾ, ਬਾਕੀ ਫਿਰ ਵੀ ਅੱਗੇ ਚੈੱਕ ਕਰ ਲੈਂਦੇ ਹਾਂ ਕੁਐਸਚਨ ਨੂੰ, 9 ਨੂੰ ਜਿਹੜਾ ਮਲਟੀਪਲਾਈ 3 ਨਾਲ ਕਰਾਂਗੇ ਕਿਉਂਕਿ ਪਹਿਲੇ ਅਤੇ ਲਾਸਟ ਨੰਬਰ ਦੇ ਵਿੱਚ ਕਾ ਡਿਫਰੈਂਸ ਵੱਡਾ ਹੈ ਤੇ ਮਲਟੀਪਲਾਈ ਹੀ ਹੋਇਆ ਹੈ, ਠੀਕ ਹੈ,
9 ਤੋਂ ਜਿਹੜਾ ਹੈ 27 ਜਾਂ 27 ਕਿਵੇਂ ਆ ਸਕਦਾ ਹੈ ਤੇ 3 ਨਾਲ ਗੁਣਾ ਕਰਨ ਨਾਲ ਆ ਸਕਦਾ ਹੈ ਤੇ 3 ਨਾਲ ਇਸ ਨੂੰ ਮਲਟੀਪਲਾਈ ਕੀਤਾ ਹੈ। 27 ਤੋਂ 81 ਜਿਹੜਾ ਹੈ ਉਹ ਵੀ 3 ਨਾਲ ਮਲਟੀਪਲਾਈ ਕਰਨ ਤੇ ਹੀ ਆਊਗਾ ਤੇ 81 ਤੋਂ ਜਿਹੜਾ 243 ਵੀ 3 ਨਾਲ ਮਲਟੀਪਲਾਈ ਕਰਨ ਤੇ ਤੇ 243 ਨੂੰ ਜਦੋਂ ਆਪਾਂ 3 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਬਣ ਜਾਊਗਾ 729। ਠੀਕ ਹੈ, ਤੇ 25 ਤੋਂ 19 ਮਾਈਨਸ ਕੀਤੇ ਹਨ 6, ਅੱਗੇ ਮਾਈਨਸ 6 ਕੀਤੇ ਹਨ, ਅਗੇਨ ਮਾਈਨਸ 6 ਤੇ ਲਾਸਟ 'ਚ ਵੀ ਮਾਈਨਸ 6 ਕਰੋਗੇ। 7 'ਚੋਂ ਜਦੋਂ ਮਾਈਨਸ 6 ਕੀਤੇ ਦਾ ਬਣ ਜਾਊਗਾ 1, 1 ਤੇ ਹੁੰਦਾ ਹੈ ਏ, ਤਾਂ ਬੀ 729 ਏ ਆਪਸ਼ਨ ਨੰਬਰ ਏ। ਠੀਕ ਹੈ, ਤਾਂ ਇਸ ਤਰੀਕੇ ਨਾਲ ਜਦੋਂ ਆਪਣੇ ਕੋਲ ਫਸਟ ਲੈਟਰ ਜਦੋਂ ਆ ਜਾਵੇ ਤਾਂ ਇੱਕ ਵਾਰੀ ਆਪਸ਼ਨ ਚੈੱਕ ਕਰ ਲੈਣੇ ਹੈ ਤੁਸੀਂ। ਜੇਕਰ ਨਨ ਆਫ ਦੀਜ਼ ਨਹੀਂ ਦਿੱਤਾ ਤਾਂ ਤੁਸੀਂ ਉਸਨੂੰ ਡਾਇਰੈਕਟਲੀ ਵੀ ਟਿੱਕ ਕਰ ਸਕਦੇ ਹੋ, ਬਟ ਤੁਸੀਂ ਇਹ ਸ਼ੋਰ ਹੋਣੇ ਚਾਹੀਦੇ ਹੋ ਕਿ ਤੁਸੀਂ ਗਲਤ ਨਹੀਂ ਕੀਤਾ। ਬਸ ਅੱਗੇ ਕੁਸ਼ਚਨ ਨੰਬਰ 15, 2 ਦਿੱਤਾ ਹੋਇਆ ਹੈ, 2 ਤੋਂ ਬਾਅਦ ਜਿਹੜਾ ਹੈ 7 ਦਿੱਤਾ ਹੋਇਆ ਹੈ, 2 ਹੈ, 7 ਹੈ, 14 ਹੈ, 23 ਹੈ ਤੇ 34 ਹੈ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਲਾਸਟ ਨੰਬਰ ਦਿੱਤਾ ਹੋਇਆ ਹੈ 5 ਦਿੱਤਾ ਹੋਇਆ ਹੈ, 7 ਦਿੱਤਾ ਹੋਇਆ ਹੈ, 9 ਦਿੱਤਾ ਹੋਇਆ ਹੈ, 11 ਹੈ ਤੇ 13 ਹੈ। ਉਸ ਦੇ ਵਿਚਕਾਰ ਜਿਹੜਾ ਆਪਣੇ ਕੋਲ ਅਲਫਾਬੈਟ ਲਿਖਿਆ ਹੋਇਆ ਹੈ, ਅਲਫਾਬੈਟ 26Z ਲਿਖਿਆ ਹੋਇਆ ਹੈ, 25Y ਲਿਖਿਆ ਹੋਇਆ ਹੈ, 24 ਤੇ X, 23W ਤੇ 22 ਤੇ V ਤੇ ਅੱਗੇ ਕੀ ਆ ਜਾਊਗਾ 21। ਠੀਕ ਹੈ ਕਿ ਇੱਕ ਇੱਕ ਮਾਈਨਸ ਹੋ ਰਿਹਾ ਹੈ ਸਾਰਿਆਂ 'ਚ, ਇੱਕ ਇੱਕ ਮਾਈਨਸ ਹੋ ਰਿਹਾ ਨਾ, ਤੇ 21 ਤੇ ਜਿਹੜਾ ਆਪਣੇ ਕੋਲ ਅਲਫਾਬੈਟ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ, U। ਅਲਫਾਬੈਟ ਕਿਹੜਾ ਆਊਗਾ, U ਆਊਗਾ, ਤੇ A, B ਤੇ C ਕਿੰਨਾ 'ਚੋਂ ਇੱਕ ਆਪਸ਼ਨ ਹੋਊਗਾ, ਤੇ ਮਲਟੀ ਇਹਨਾਂ ਨੂੰ ਚੈੱਕ ਕਰ ਲੈਂਦੇ ਹਾਂ ਨੰਬਰਾਂ ਨੂੰ, 2 ਤੋਂ 7 ਕਿਵੇਂ ਆ ਸਕਦੇ ਹਨ, ਤਾਂ ਪਲੱਸ 5 ਕਰਨ ਨਾਲ, ਉਸ ਤੋਂ ਬਾਅਦ ਪਲੱਸ 7 ਕੀਤੇ ਹਨ, ਫਿਰ ਪਲੱਸ 9 ਕੀਤੇ ਹਨ, ਉਸ ਤੋਂ ਬਾਅਦ ਪਲੱਸ 11 ਕੀਤੇ ਹਨ। ਤਾਂ ਪਹਿਲਾਂ 5 ਪਲੱਸ ਕੀਤੇ, ਫਿਰ 7, ਫਿਰ 9, ਫਿਰ 11, ਓਡ ਨੰਬਰ ਸੀਰੀਜ਼ ਚੱਲ ਰਹੀ ਹੈ ਇਹ, ਤੇ ਉਸ ਤੋਂ ਬਾਅਦ ਜਿਹੜੇ ਪਲੱਸ ਹੋਣਗੇ ਉਹ ਕਿਹੜੇ ਨੰਬਰ ਪਲੱਸ ਹੋਣਗੇ, ਪਲੱਸ 13 ਹੋਣਗੇ। ਜਦੋਂ ਆਪਾਂ 34 'ਚ 13 ਪਲੱਸ ਕਰੀਏ ਤਾਂ ਕੀ ਬਣ ਜਾਊ ਆਪਣੇ ਕੋਲ, 47। ਨੈਕਸਟ ਪਲੱਸ 2 ਕੀਤੇ ਹਨ, ਪਲੱਸ 2, ਪਲੱਸ 2 ਲਾਸਟ ਵਾਲੇ ਆਪਣੇ ਨੰਬਰ ਹੈ ਉਹਨਾਂ 'ਚ 2-2 ਹੀ ਪਲੱਸ ਹੋ ਰਿਹਾ ਹੈ, 13 'ਚ ਜਦੋਂ 2 ਪਲੱਸ ਕਰਾਂਗੇ ਤਾਂ 15 ਬਣ ਜਾਊਗਾ, ਤੇ ਆਪਣੇ ਕੋਲ ਆਪਸ਼ਨ ਬਣੂਗਾ 47U15, 47U15 ਆਪਸ਼ਨ ਨੰਬਰ ਹੈ ਬੀ ਬੁਆਏ। ਨੈਕਸਟ ਕੁਸ਼ਚਨ ਨੰਬਰ 16 ਕਿਊ ਹੁੰਦਾ ਹੈ 17 ਤੇ, ਐਸ ਹੁੰਦਾ ਹੈ 19 ਤੇ, ਯੂ ਹੁੰਦਾ ਹੈ 21 ਤੇ, ਡਬਲਯੂ ਹੁੰਦਾ ਹੈ 23 ਤੇ, ਫਿਰ ਉਸ ਤੋਂ ਬਾਅਦ ਲਿਖਿਆ ਹੋਇਆ ਹੈ 1, 2, 6 ਤੇ 21। ਅੱਗੇ ਐਫ ਹੁੰਦਾ ਹੈ 6 ਤੇ, ਈ ਹੁੰਦਾ ਹੈ 5 ਤੇ, ਡੀ ਹੁੰਦਾ ਹੈ 4 ਤੇ, ਸੀ ਹੁੰਦਾ ਹੈ 3 ਤੇ। 17 ਤੋਂ 19 ਕਿਵੇਂ ਆ ਸਕਦਾ ਹੈ, ਪਲੱਸ 2 ਕਰਨ ਨਾਲ, ਸਾਰਿਆਂ 'ਚ ਪਲੱਸ 2-2 ਕੀਤੇ ਹਨ, ਤਾਂ 23 'ਚ ਆਪਾਂ 2 ਪਲੱਸ ਕਰ ਦਾਂਗੇ, 25 ਤੇ ਹੁੰਦਾ ਹੈ ਵਾਈ। 1 ਤੋਂ 2 ਕਿਵੇਂ ਆ ਸਕਦਾ ਹੈ, 2 ਨਾਲ ਮਲਟੀਪਲਾਈ ਕਰੋ, ਫਿਰ 3 ਨਾਲ ਕਰੋ, ਤੇ ਅੱਗੇ 4 ਨਾਲ ਮਲਟੀਪਲਾਈ ਹੋਣਾ ਚਾਹੀਦਾ ਸੀ, ਬਟ 4 ਨਾਲ ਮਲਟੀਪਲਾਈ ਕਰਨ 'ਚ ਇਹ ਨਹੀਂ ਆਊਗਾ। ਠੀਕ ਹੈ, ਤੇ ਇਹ ਮਲਟੀਪਲਾਈ ਨਹੀਂ ਹੋਊਗਾ। ਹੋਰ ਆਪਾਂ ਲੋਜਿਕ ਵੇਖ ਲੈਂਦੇ ਹਾਂ ਕਿ ਪਹਿਲਾਂ ਪਲੱਸ ਕੀਤਾ ਹੈ 1, ਉਸ ਤੋਂ ਬਾਅਦ ਪਲੱਸ ਕੀਤੇ ਹਨ 4, ਤੇ ਉਸ ਤੋਂ ਬਾਅਦ ਜਿਹੜੇ ਨੰਬਰ ਪਲੱਸ ਕੀਤੇ ਹਨ ਉਹ ਕੀ ਕੀਤੇ ਹਨ, ਪਲੱਸ 15। ਦੇਖੋ ਇਸ ਤਰੀਕੇ ਦਾ ਵੀ ਨਹੀਂ ਹੈ, ਇਹ ਕੁਸ਼ਚਨ ਮਲਟੀਪਲਾਈ ਦਾ ਹੀ ਹੈਗਾ। ਪਹਿਲਾਂ 1 ਨੂੰ, ਕਿਉਂਕਿ ਆਪਾਂ ਜਦੋਂ ਡਿਫਰੈਂਸ ਵੇਖਿਆ ਤੇ ਪਲੱਸ 1 ਦਾ ਸੀਗਾ, ਫਿਰ 4 ਦਾ ਸੀਗਾ, ਤੇ ਉਸ ਤੋਂ ਬਾਅਦ 15 ਦਾ, ਇਹਨਾਂ ਦੇ ਵਿਚਕਾਰ ਕੋਈ ਲੋਜਿਕ ਨਹੀਂ ਲੱਗ ਰਿਹਾ। ਠੀਕ ਹੈ, ਤੇ ਮਲਟੀਪਲਾਈ ਕਿਵੇਂ ਹੋਊਗਾ ਕਿ 1 ਨੂੰ 1 ਨਾਲ ਮਲਟੀਪਲਾਈ ਕਰੋ, ਪਲੱਸ ਕਰ ਦਿਓ 1, 2 ਨੂੰ ਮਲਟੀਪਲਾਈ 2 ਨਾਲ ਕਰੋ ਤੇ ਪਲੱਸ ਕਰ ਦਿਓ 2, 6 ਨੂੰ ਮਲਟੀਪਲਾਈ 3 ਨਾਲ ਕਰੋ ਤੇ ਪਲੱਸ ਕਰ ਦਿਓ 3, ਤੇ 21 ਨੂੰ ਜਿਹੜਾ ਮਲਟੀਪਲਾਈ ਕਰਾਂਗੇ ਉਹ 4 ਨਾਲ ਕਰਕੇ ਪਲੱਸ 4 ਕਰਾਂਗੇ ਤਾਂ ਬਣ ਜਾਊਗਾ 88। ਅੱਗੇ ਲਾਸਟ ਆਪਣੇ ਕੋਲ ਅਲਫਾਬੈਟ ਜਿਹੜਾ ਹੈਗਾ 6 'ਚੋਂ 1 ਮਾਈਨਸ ਹੋਏ, ਫਿਰ 5 'ਚੋਂ ਵੀ 1 ਮਾਈਨਸ, ਤੇ ਸਾਰਿਆਂ 'ਚੋਂ ਮਾਈਨਸ 1-1 ਹੋ ਰਹੇ ਹਨ, ਤੇ 2 ਆ ਜਾਊਗਾ, 2 ਤੇ ਹੁੰਦਾ ਹੈ ਬੀ, Y28B। Y28B ਆਪਸ਼ਨ ਨੰਬਰ ਹੈਗਾ ਆਪਣੇ ਕੋਲ ਸੀ ਕੈਟ। ਅੱਗੇ ਕੁਸ਼ਚਨ ਨੰਬਰ 17, ਜੈਡ ਹੁੰਦਾ ਹੈ 26 ਤੇ, ਐਕਸ ਹੁੰਦਾ ਹੈ 24 ਤੇ, ਵੀ ਹੁੰਦਾ ਹੈ ਆਪਣੇ ਕੋਲ 22 ਤੇ। ਅੱਗੇ 20th ਹੈਗਾ ਹੈ, 18 ਹੈਗਾ ਹੈ, 16 ਹੈ, ਤੇ ਲਾਸਟ ਪਤਾ ਕਰਨਾ ਹੈ ਕੀ ਆਊਗਾ। ਠੀਕ ਹੈ, ਨੰਬਰਾਂ ਦੇ ਵਿੱਚ ਇਸਨੇ ਕੀ ਦਿੱਤਾ ਹੋਇਆ ਹੈ, ਪਹਿਲਾਂ 1 ਹੈ, ਉਸ ਤੋਂ ਬਾਅਦ 2, ਫਿਰ 6, 6, 21, 88। ਇਹ ਜਿਹੜਾ ਆਪਾਂ ਸੇਮ ਹੁਣੇ ਹੀ ਕੁਸ਼ਚਨ ਕੀਤਾ ਹੈ ਉਸ ਦੇ ਨਾਲ ਦੇ ਹੀ ਨੰਬਰ ਸੀਰੀ ਚੱਲੀ ਜਾਂਦੀ ਹੈ। ਇਸ ਤੋਂ ਪਹਿਲਾਂ ਜਿਹੜਾ ਕੁਸ਼ਚਨ ਕੀਤਾ ਸੀ ਉਹ ਸੇਮ ਹੀ ਦਿੱਤਾ ਹੋਇਆ ਹੈ। ਠੀਕ ਹੈ, 21, ਉਸ ਤੋਂ ਬਾਅਦ 88, ਫਿਰ 40, 445। ਲਾਸਟ ਆਪਣੇ ਕੋਲ ਅਲਫਾਬੇਟ 1, 4, 7, ਜੇ ਹੁੰਦਾ ਹੈ 10 ਤੇ, ਐਮ ਹੁੰਦਾ ਹੈ 13 ਤੇ, ਪੀ ਹੁੰਦਾ ਹੈ 16 ਤੇ। ਪਹਿਲਾਂ ਆਪਾਂ ਅਲਫਾਬੇਟ ਚੈੱਕ ਕਰ ਲੈਂਦੇ ਹਾਂ, -2 ਹੋਏ ਹਨ ਇਹਨਾਂ 'ਚ, -2 ਸਾਰਿਆਂ 'ਚ, -2-2 ਹੋ ਰਹੇ ਹਨ। ਠੀਕ ਹੈ, ਤੇ 16 'ਚੋਂ ਵੀ 2 ਮਾਈਨਸ ਕਰਦਾਂਗੇ ਤਾਂ ਕੀ ਆ ਜਾਊ ਆਪਣੇ ਕੋਲ 14, ਤੇ 14 'ਤੇ ਕਿਹੜਾ ਅਲਫਾਬੈਟ ਹੁੰਦਾ ਹੈ,
14 ਤੇ ਕਿਹੜਾ ਅਲਫਾਬੇਟ ਰਹੂਗਾ ਆਪਣੇ ਕੋਲ n, ਪਲੱਸ 3 ਹੋਏ ਹਨ ਫਿਰ ਪਲੱਸ 3 ਉਸ ਤੋਂ ਬਾਅਦ ਵੀ ਪਲੱਸ 3 ਤੇ ਪਲੱਸ 3 ਤੇ ਲਾਸਟ ਵੀ ਪਲੱਸ 3 ਕਿਤੇ ਹਨ 16 ਚ ਜਦੋਂ 3 ਪਲੱਸ ਕਰੋਗੇ ਤਾਂ ਬਣ ਜਾਊਗਾ 19 19 ਦੇ ਆਪਣੇ ਕੋਲ ਜਿਹੜਾ ਅਲਫਾਬੇਟ ਰਹੂਗਾ ਉਹ ਕਿਹੜਾ ਰਹੂਗਾ s ਰਹੂਗਾ ਠੀਕ ਹੈ ਹੁਣ ਆਪਾਂ ਚੈੱਕ ਕਰਦੇ ਹਾਂ ਮਲਟੀਪਲਾਈ ਕੀ ਗੁਣਾ 1 ਨਾਲ ਪਲੱਸ 1 ਕੀਤਾ ਸੀ ਗੁਣਾ 2 ਨਾਲ ਪਲੱਸ 2 ਗੁਣਾ 3 ਨਾਲ ਪਲੱਸ 3 ਕੀਤਾ ਸੀ ਗੁਣਾ 4 ਨਾਲ ਤੇ ਪਲੱਸ 4 ਕੀਤਾ ਸੀ ਉਸ ਤੋਂ ਬਾਅਦ ਗੁਣਾ 5 ਨਾਲ ਪਲੱਸ 5 ਸੀਗਾ ਤੇ ਲਾਸਟ ਕੀ ਕਰਾਂਗੇ ਗੁਣਾ 6 ਨਾਲ ਕਰਕੇ ਪਲੱਸ 6 ਕਰਾਂਗੇ 4 4 5 ਨੂੰ ਤੁਸੀਂ 6 ਨਾਲ ਮਲਟੀਪਲਾਈ ਕਰਨਾ ਹੈ ਟੂ ਸਿਕਸ ਸੈਵਨ ਜ਼ੀਰੋ ਇਸ 'ਚ ਪਲੱਸ ਕਰਨੇ ਹੈ 6 ਟੂ ਸਿਕਸ ਸੈਵਨ ਸਿਕਸ ਬਣ ਜਾਊਗਾ 2676 ਕਿਹੜਾ ਆਪਸ਼ਨ ਨੰਬਰ ਹੈ 2676 ਇਸ 'ਚ ਵੀ ਹੈਗਾ ਇਸ 'ਚ ਵੀ ਹੈ ਇਸ 'ਚ ਵੀ ਹੈ ਇਸ 'ਚ ਨਹੀਂ ਹੈ ਠੀਕ ਹੈ ਇਸ 'ਚ ਸੋਰੀ ਇਸ 'ਚ ਨਹੀਂ ਹੈਗਾ ਠੀਕ ਹੈ ਕਿਉਂਕਿ 70 ਦਿੱਤਾ ਹੋਇਆ 2676 ਚਾਹੀਦਾ ਹੈ ਤੇ A ਤੇ B 'ਚੋਂ ਇੱਕ ਹੋਊਗਾ ਪਹਿਲਾਂ ਐਨ ਆਉਣਾ ਚਾਹੀਦਾ ਹੈ ਲਾਸਟ 'ਚ ਐਸ ਤਾਂ ਆਪਣੇ ਕੋਲ ਆਪਸ਼ਨ ਨੰਬਰ ਬਣ ਜਾਊਗਾ A ਕਿਉਂ ਕਿਉਂਕਿ B 'ਚ ਲਾਸਟ 'ਚ ਕੀ ਦਿੱਤਾ ਹੋਇਆ ਹੈ T ਜੋ ਕਿ ਨਹੀਂ ਆਉਣਾ ਚਾਹੀਦਾ ਸੀਗਾ ਨੈਕਸਟ ਕੁਐਸਚਨ ਨੰਬਰ ਹੈਗਾ ਆਪਣੇ ਕੋਲ 18 18 ਦੇ ਵਿੱਚ ਅਲਫਾਬੇਟ ਨੂੰ ਅਲਫਾਬੇਟ ਦੇ ਨਾਲ ਕੰਪੇਅਰ ਕਰੋ ਤੇ ਨੰਬਰਾਂ ਨੂੰ ਜਿਹੜਾ ਕੰਪੇਅਰ ਕਰਨਾ ਹੈ ਤੁਸੀਂ ਨੰਬਰਾਂ ਦੇ ਨਾਲ ਕਰਨਾ ਹੈ ਠੀਕ ਹੈ 1 ਤੇ ਹੁੰਦਾ ਹੈ 4 ਤੇ ਹੁੰਦਾ ਹੈ 8 ਤੇ ਹੁੰਦਾ ਹੈ ਤੇ 13 ਤੇ ਹੁੰਦਾ ਹੈ ਪਲੱਸ ਹੋਏ ਹਨ ਇੱਥੇ 3 ਉਸ ਤੋਂ ਬਾਅਦ ਪਲੱਸ 4 ਤੇ ਫਿਰ ਪਲੱਸ ਹੋਇਆ ਹੈ 5 ਤੇ ਲਾਸਟ 'ਚ ਪਲੱਸ ਕੀ ਹੋ ਜਾਊਗਾ 6 13 'ਚ ਜਦੋਂ 6 ਪਲੱਸ ਕਰੋਗੇ ਤਾਂ ਬਣ ਜਾਊਗਾ 19 19 ਤੇ ਹੁੰਦਾ ਹੈ ਐਸ ਪਲੱਸ ਕਿਤੇ ਹਨ 5 ਉਸ ਤੋਂ ਬਾਅਦ ਪਲੱਸ ਕਿਤੇ ਹਨ ਜਿਹੜੇ 6 ਉਸ ਤੋਂ ਬਾਅਦ ਜਿਹੜੇ ਪਲੱਸ ਹੋਏ ਹਨ 7 ਤੇ ਲਾਸਟ 'ਚ ਪਲੱਸ ਕਰ ਦਾਂਗੇ 8 ਬਾਈਆਂ 'ਚ ਜਦੋਂ 8 ਪਲੱਸ ਕਰੀਏ ਤਾਂ ਕੀ ਬਣ ਜਾਊਗਾ 30 ਠੀਕ ਹੈ ਤੇ ਐਸ ਬਟਾ 30 ਆਪਸ਼ਨ ਆ ਜਾਊਗਾ ਐਸ ਬਟਾ 30 ਆਪਸ਼ਨ ਨੰਬਰ ਹੈ ਬੀ ਬੁਆਏ ਕੁਐਸਚਨ ਨੰਬਰ 19 ਠੀਕ ਹੈ ਵੇਖੋ ਅਲਫਾਬੇਟ ਤਾਂ ਬੀ ਸੀ ਡੀ ਬੀ ਸੀ ਡੀ ਬੀ ਸੀ ਡੀ ਬੀ ਸੀ ਡੀ ਇਹੀ ਲਿਖਿਆ ਹੋਇਆ ਹੈ ਨੰਬਰ ਚੇਂਜ ਹੋ ਰਹੇ ਹਨ ਠੀਕ ਹੈ ਨੰਬਰ ਪਹਿਲਾ ਨੰਬਰ ਜਿਹੜਾ ਆਪਣੇ ਕੋਲ ਬੀ ਦੇ ਨਾਲ ਲੱਗਿਆ ਸੀਗਾ ਉਸ ਤੋਂ ਬਾਅਦ ਨਹੀਂ ਦਿੱਤਾ ਹੋਇਆ ਫਿਰ ਡੀ ਦੇ ਨਾਲ ਹੈ ਫਿਰ ਬੀ ਦੇ ਨਾਲ ਫਿਰ ਸੀ ਦੇ ਨਾਲ ਠੀਕ ਹੈ ਯਾਨੀ ਕਿ ਆਪਣੇ ਕੋਲ ਨੈਕਸਟ ਜਿਹੜਾ ਨੰਬਰ ਹੈ ਉਹ ਕਿਸ ਦੇ ਨਾਲ ਲੱਗਣਾ ਚਾਹੀਦਾ ਹੈ ਬੀ ਤੋਂ ਬਾਅਦ ਸੀ ਦੇ ਨਾਲ ਠੀਕ ਹੈ ਤੇ ਕੀ ਲੱਗਿਆ ਹੋਊਗਾ ਉਹ ਵੇਖਾਂਗੇ ਪਹਿਲਾਂ 2 ਦਿੱਤਾ ਹੋਇਆ ਉਸ ਤੋਂ ਬਾਅਦ ਨਹੀਂ ਦਿੱਤਾ ਹੋਇਆ 4 ਹੈ 5 ਹੈ 6 ਹੈ ਤੇ ਲੱਗਿਆ ਹੋਊਗਾ 3 ਤਾਂ ਬੀ ਸੀ 3 ਡੀ ਆਪਸ਼ਨ ਆ ਜਾਊ ਆਪਸ਼ਨ ਨੰਬਰ ਹੈਗਾ ਸੀ ਬਿਲਕੁਲ ਸਿੰਪਲ ਕੁਐਸਚਨ ਸੀਗਾ ਨੈਕਸਟ ਕੁਐਸਚਨ ਨੰਬਰ ਹੈ 28 28 ਦੇ ਵਿੱਚ ਪੀ ਹੁੰਦਾ ਹੈ ਆਪਣੇ ਕੋਲ 16 ਤੇ ਆਰ ਹੁੰਦਾ ਹੈ 18 ਤੇ ਟੀ ਹੁੰਦਾ ਹੈ 20 ਤੇ ਵੀ ਹੁੰਦਾ ਹੈ 22 ਤੇ ਉਸ ਤੋਂ ਬਾਅਦ ਪਤਾ ਕਰਨਾ ਹੈ ਕੀ ਆਊਗਾ ਠੀਕ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਆਪਾਂ ਵੇਖ ਲੈਂਦੇ ਹਾਂ ਨੰਬਰ 3 ਦਿੱਤਾ ਹੋਇਆ ਹੈ 5 ਦਿੱਤਾ ਹੋਇਆ ਹੈ 8 ਹੈ 12 ਹੈ ਉਸ ਤੋਂ ਬਾਅਦ ਵੇਖਣਾ ਹੈ ਕੀ ਆਊਗਾ ਸੀ 3 ਤੇ ਹੁੰਦਾ ਹੈ ਐਫ ਹੁੰਦਾ ਹੈ 6 ਤੇ ਆਈ ਹੁੰਦਾ ਹੈ 9 ਤੇ ਐਲ ਹੁੰਦਾ ਹੈ 12 ਤੇ ਉਸ ਤੋਂ ਬਾਅਦ ਪਤਾ ਕਰਨਾ ਹੈ ਕੀ ਆਊਗਾ ਠੀਕ ਹੈ ਤੇ 16 'ਚ 2 ਪਲੱਸ ਕਰੀਏ 18 18 'ਚ ਵੀ 2 ਪਲੱਸ 20 20 'ਚ 2 ਪਲੱਸ 22 22 'ਚ ਵੀ 2 ਪਲੱਸ ਕਰ ਦਾਂਗੇ ਬਣ ਜਾਊਗਾ 24 24 ਤੇ ਆਪਣੇ ਕੋਲ ਜਿਹੜਾ ਆਪਣੇ ਕੋਲ ਅਲਫਾਬੇਟ ਹੁੰਦਾ ਹੈ ਕਿਹੜਾ ਹੁੰਦਾ ਹੈ ਐਕਸ ਹੁੰਦਾ ਹੈ ਉਸ ਤੋਂ ਬਾਅਦ 3 'ਚ ਆਪਾਂ ਕੀ ਕਰ ਸਕਦੇ ਹਾਂ ਪਲੱਸ 2 ਕਿਤੇ 5 'ਚ ਪਲੱਸ 3 ਹੋਏ ਹਨ 8 'ਚ ਪਲੱਸ 4 ਤੇ ਲਾਸਟ 'ਚ ਪਲੱਸ ਕਰ ਦਾਂਗੇ ਆਪਾਂ 5 ਪਹਿਲਾਂ 2 ਪਲੱਸ ਕਿਤੇ ਫਿਰ 3 ਫਿਰ 4 ਤੇ ਲਾਸਟ 'ਚ ਪਲੱਸ 5 ਕਿਤੇ ਜਦੋਂ 12 'ਚ 5 ਪਲੱਸ ਕਰੋਗੇ ਤਾਂ ਬਣ ਜਾਊਗਾ 17 ਇਹ ਨੰਬਰ ਹੈ ਇਸ ਨੂੰ ਅਲਫਾਬੇਟ 'ਚ ਚੇਂਜ ਨਹੀਂ ਕਰਨਾ ਕਿਉਂਕਿ ਇਹ ਆਪਣੇ ਕੋਲ ਨੰਬਰ ਸੀਰੀਜ਼ ਹੀ ਹੈਗੇ ਆ ਠੀਕ ਹੈ ਇਹ ਨੰਬਰ ਹੀ ਹਨ 3 'ਚ ਆਪਾਂ 3 ਪਲੱਸ ਕੀਤਾ 6 6 'ਚ ਆਪਾਂ 3 ਪਲੱਸ ਕੀਤਾ 9 9 'ਚ ਆਪਾਂ ਪਲੱਸ ਕੀਤਾ 3 ਯਾਨੀ ਕਿ 3 3 ਪਲੱਸ ਹੋ ਰਿਹਾ ਹੈ 12 'ਚ ਜਦੋਂ 3 ਪਲੱਸ ਕਰੋਗੇ ਤਾਂ ਬਣ ਜਾਊਗਾ 15 15 ਤੇ ਹੁੰਦਾ ਹੈ O ਤਾਂ X 17 O ਆਨਸਰ ਆ ਜਾਊਗਾ X 17 O ਆਪਣੇ ਕੋਲ ਆਪਸ਼ਨ ਨੰਬਰ ਹੈਗਾ ਹੈ B ਠੀਕ ਹੈ ਤੇ ਇਸ ਤਰੀਕੇ ਦੇ ਨਾਲ ਅਲਫਾਬੈਟ ਤੇ ਅਲਫਾ ਨੂਮੈਰਿਕ ਦੇ ਕੁਐਸਚਨ ਹੋਣਗੇ ਉਮੀਦ ਕਰਦਾ ਹਾਂ ਤੁਹਾਨੂੰ ਇਸ ਲੈਕਚਰ ਦੀ ਪੂਰੀ ਸਮਝ ਲੱਗੀ ਹੋਊਗੀ ਇਸ ਦੀ ਜਿਹੜੀ ਸੀਟ ਹੈ ਉਹ ਆਪਾਂ ਟੈਲੀਗ੍ਰਾਮ ਗਰੁੱਪ 'ਚ ਸੈਂਡ ਕਰਾਂਗੇ ਟੈਲੀਗ੍ਰਾਮ ਗਰੁੱਪ 'ਚ ਜੇਕਰ ਤੁਸੀਂ ਜੁਆਇਨ ਨਹੀਂ ਹੈਗੇ ਹੋ ਤਾਂ ਉਹ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਗਰੁੱਪ ਜੁਆਇਨ ਕਰਨ ਵਾਸਤੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਦਿੱਤਾ ਹੋਇਆ ਟੈਲੀਗ੍ਰਾਮ ਦਾ ਉਸ 'ਤੇ ਕਲਿੱਕ ਕਰਨਾ ਹੈ ਜਿਸ ਨਾਲ ਤੁਸੀਂ ਟੈਲੀਗ੍ਰਾਮ ਗਰੁੱਪ 'ਚ ਜੁਆਇਨ ਹੋ ਜਾਓਗੇ ਅਤੇ ਉੱਥੋਂ ਇਸ ਦੀ PDF ਡਾਊਨਲੋਡ ਕਰਕੇ ਸੀਟ ਸੋਲਵ ਕਰਨੀ ਹੈ ਇਸ ਦੀ ਆਨਸਰ ਕੀ ਮੈਂ ਤੁਹਾਨੂੰ ਦੇ ਦਾਂਗਾ ਤਾਂ ਇਸ ਦੇ ਨਾਲ ਹੀ ਖਤਮ ਕਰਦੇ ਹਾਂ ਅੱਜ ਦਾ ਲੈਕਚਰ ਤੇ ਜੇਕਰ ਤੁਹਾਨੂੰ ਗਵਰਨਮੈਂਟ ਜੋਬ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਆਨਲਾਈਨ ਤੇ ਆਫਲਾਈਨ ਬੇਸ ਦੇ ਰਿਗਾਰਡਿੰਗ ਤੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਕੋਈ ਵੀ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹੋ ਇਹ ਨੰਬਰ ਸਾਹਿਲ ਸਰ ਦਾ ਹੈ ਤੇ ਇਹ ਨੰਬਰ ਦੀਪਕ ਸਰ ਦਾ ਹੈ ਠੀਕ ਹੈ ਤੇ ਮਿਲਦੇ ਹਾਂ ਕੱਲ ਨੈਕਸਟ ਟੌਪਿਕ ਦੇ ਨਾਲ ਤਦ ਤੱਕ ਲਈ ਧੰਨਵਾਦ